जी बाबे कितना हाल चाल ठीक ठाक हो। बाकी पहला जीतिया जीते माड़ा जा दसी जरा आवाज ऊज कि जय हो करिए फिर काम। सत श्री अकाल सारे सरपंच साहब वधिया सरपंच साहब चढ़दी कला आनंद मंगल बने हैं बस। हाँ गुरविंदर सिंह जी अपना ताडे नाल ही करदे आ सांझा सारा ते सबूतां दे नाल करांगे सारा कुछ जी। ते बाकी लखे वाला ही बाबा जी करते हैं गलबात लखे की गलबात तुहाडे सारिआं दे सामने रख दिंदे आ कोई नाल सबूतां दे सहित रखते हैं लखे ने जिहड़ा सानू सरोपा पाउणा ही वो पा दित्ता वा हुण। ते हुण आपां बाकी सानू जो मर्जी कोई कही जावे वो गल वक्खरी आ पर आपां अपना पक्ष रखणा आपां पक्ष सामने ਦੇ ਸਹਿਤ ਤੇ ਮੈਨੂੰ ਮਨਜੀਤ ਸਿੰਘ ਫੋਨ ਕਰੀ ਜਾਣ ਡਿਆ ਵਿੱਚ ਤੇ ਬਾਕੀ ਗੱਲਬਾਤ ਬਾਬਿਓ ਇਦਾਂ ਵਾ ਜਿਹੜੀ ਆਪਾਂ ਗੱਲਬਾਤ ਕਰਨ ਲੱਗੇ ਆ ਆਪਾਂ ਸਾਰੀ ਸ਼ਰੇਆਮ ਤੁਹਾਡੇ ਨਾਲ ਸਬੂਤਾਂ ਦੇ ਨਾਲ ਕਰਾਂਗੇ ਉਦਾਂ ਗੱਲਬਾਤ ਨਹੀਂ ਕਰਦੇ ਆਪਾਂ ਕੋਈ ਵੀ। ਤੇ ਲੱਖੇ ਬਾਈ ਨੇ ਜਿਹੜੇ ਹਾਰ ਸਾਨੂੰ ਪਾ ਦਿੱਤੇ ਆ ਜਾਂ ਬਾਕੀ ਦੂਜਿਆਂ ਨੂੰ ਪਾ ਦਿੱਤੇ ਆ ਸਾਡੇ ਦਿਨ ਰਾਤ ਕੀਤੇ ਦਾ ਇੱਕ ਮੁੱਲ ਪਾ ਦਿੱਤਾ ਉਹ ਵੀ ਵਧੀਆ ਕੀਤਾ ਉਹਨੇ। ਅਤੇ ਬਾਕੀ ਜਵਾਬ ਤੇ ਜਾਂ ਤਾਂ ਲੱਖਾ ਸਾਹਮਣੇ ਹੋ ਕੇ ਬੋਲਦਾ ਨਾ ਅਤੇ ਫਿਰ ਗੱਲ ਹੋਰ ਹੋਣੀ ਸੀ ਪਰ ਜਦੋਂ ਮਤਲਬ ਵੀ ਪਿੱਠ ਪਿੱਛੇ ਬੋਲੀਏ ਨਾ ਤੇ ਉਦੋਂ ਜਿਹੜੀ ਗੱਲਬਾਤ ਹੁੰਦੀ ਉਹ ਹੋਰ ਹੁੰਦੀ। ਜੇ ਸਾਡੇ ਨਾਲ ਡਾਇਰੈਕਟ ਗੱਲਬਾਤ ਕੀਤੀ ਸੀ ਜੇ ਸਾਡੇ ਤੱਕ ਇਹ ਸੁਨੇਹਾ ਆ ਸਕਦਾ ਸੀ ਕਿ ਮੇਰੇ 'ਤੇ ਪਰਚਾ ਹੋ ਗਿਆ ਜਾਂ ਕਿੱਦਾਂ ਵੀ ਆ ਅਤੇ ਮਤਲਬ ਵੀ ਬਾਕੀ ਗੱਲਬਾਤ ਸਾਡੇ ਖੜੋ ਮੇਰੇ ਨਾਲ ਉਦਣ ਆਪਾਂ ਖੜੇ ਵੀ ਸੀ ਉਹਦੇ ਸਬੂਤ ਵੀ ਤੁਹਾਨੂੰ ਵਿਖਾਲ ਦਿੰਦੇ ਹਾਂ। ਪਰ ਜਦੋਂ ਹਰੇਕ ਕੋਈ ਨਾ ਬੰਦਾ ਇਹੋ ਸੋਚਦਾ ਹੁੰਦਾ ਵੀ ਖਰੇ ਸਾਡੇ ਤੱਕ ਗੱਲਬਾਤ ਆਉਣੀ ਨਹੀਂ ਤਾਂ ਜਦੋਂ ਦਿਲ ਦੇ ਵਿੱਚ ਜ਼ਹਿਰ ਹੋਵੇ ਨਾ ਤਾਂ ਉਦੋਂ ਗੱਲ ਜਿਹੜੀ ਹੁੰਦੀ ਆ ਉਹ ਮਤਲਬ ਵੀ ਪਹੁੰਚ ਹੀ ਜਾਂਦੀ ਕਿਤੇ ਨਾ ਕਿਤੇ। ਅਤੇ ਗੱਲਬਾਤ ਜਿਹੜੀ ਹੈਗੀ ਆ ਤੁਹਾਨੂੰ ਸੁਣਾ ਦਿੰਦੇ ਹਾਂ ਪਹਿਲਾਂ ਸੁਣਨ ਦੀ ਕਰਿਓ ਮਾੜੀ ਜਿਹੀ ਕਿਰਪਾਲਤਾ ਅਤੇ ਫਿਰ ਅੱਗੇ ਗੱਲਬਾਤ ਨਾਲੋਂ ਨਾਲ ਹੀ ਜਵਾਬ ਲੱਖੇ ਨੂੰ ਇਸੇ ਗੱਲ ਤੋਂ ਲਾਈਵ 'ਚ ਹੀ ਦੇ ਦੇਣੇ ਆਪਾਂ ਸੁਣਿਓ। ਸੁੱਖੇ ਨੇ ਵੀ ਵੇਖਿਆ ਤੇ ਉਹ ਜਿਹੜੀ ਮੈਂ ਇਹ ਕਿਹਾ ਸੀ ਇਹਨਾਂ ਨੂੰ ਮੈਂ ਕਿਹਾ ਜਿਹੜੀ ਗੱਲ ਜਿਹੜੇ ਬੰਦੇ ਅੱਜ ਅੰਦੋਲਨ ਦੇ ਖਿਲਾਫ ਕਮੈਂਟ ਕਰਦੇ ਆ ਅੰਦੋਲਨ ਨੂੰ ਫਾੜ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕਾਂਗਰਸ ਵਰਸ ਚ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਬੀਜੇਪੀ ਦੇ ਸੈੱਲ ਦੇ ਯਾਰ ਜਿਹੜਾ ਬੰਦਾ ਮੇਰੀ ਗੱਲ ਸੁਣ ਲਾ ਅੱਜ ਸਾਰਾ ਸੰਘਰਸ਼ ਇਕੱਲੇ ਕਾਂਗਰਸਾਂ ਦਾ ਜਾਂ ਇਕੱਲੇ ਸਿੱਖਾਂ ਦਾ ਸੰਘਰਸ਼ ਤਾਂ ਪੰਜਾਬ ਦਾ ਹਰਿਆਣੇ ਦਾ ਬਾਹਰਲੇ ਬਾਈ ਇਹੀ ਗੱਲ ਕਹਿੰਦੇ ਨੇ ਉਹਦੇ ਜੇ ਤੁਸੀਂ ਧਾਰਮਿਕ ਜੋੜਦੇ ਆ ਨਾਲ ਇੰਨਾ ਵੱਡਾ ਨੁਕਸਾਨ ਜਿੱਡਾ ਵੱਡਾ ਨੁਕਸਾਨ ਇਹਨਾਂ ਲੋਕਾਂ ਨੇ ਕੀਤਾ ਹਾਂ ਲੱਖੇ ਬਾਈ ਤੂੰ ਇੰਨੀ ਕੁ ਗੱਲ ਤੇ ਆਖ ਦਿੱਤੀ ਕਿ ਕਾਮਰੇਡ ਵਰਸਿਜ਼ ਸਿੱਖ ਜਿਹੜਾ ਹੈਗਾ ਵਾ ਉਹ ਬਣਾ ਦਿੱਤਾ ਮਤਲਬ ਕਿ ਬਘੇਲੈਂਡ ਪਾਰਟੀ ਨੇ ਬਣਾ ਦਿੱਤਾ। ਬਘੇਲੈਂਡ ਪਾਰਟੀ ਦੇ ਵਿੱਚ ਕਿਹੜਾ ਕਿਹੜਾ ਆਉਂਦਾ ਵੀਰਜੀਤ ਸੁੱਖਾ ਆਉਂਦਾ ਬਘੇਲੈਂਡ ਪਾਰਟੀ ਦੇ ਵਿੱਚ ਮਤਲਬ ਕਿ ਨਾਲ ਜਿਹੜੇ ਮੇਰੇ ਨਾਲ ਖੜਨ ਵਾਲੇ ਰਣਜੀਤ ਸਿੰਘ ਸਲਾਹਪੁਰ ਆਉਂਦਾ ਸੰਧੂ ਨੀਦਰਲੈਂਡ ਵਾਲਾ ਆਉਂਦਾ ਹੋਰ ਮਤਲਬ ਕਿ ਸੈਂਕੜੇ ਨੌਜਵਾਨ ਉਹ ਆਉਂਦੇ ਜਿਹੜੇ ਤੁਹਾਡੇ ਦੋਵਾਂ ਦੇ ਹੱਕ ਵਿੱਚ ਖੜੇ ਸੀ ਜਿੱਦਣ 26 ਤਰੀਕ ਨੂੰ ਤੇਰੇ ਨਾਲ ਦੇ ਸਾਰੇ ਭੱਜ ਗਏ ਸੀ ਨਾ ਅਤੇ ਉਦਣ ਲੱਖਿਆ ਅਸੀਂ ਖੜੇ ਸੀ ਤੇਰੇ ਨਾਲ ਠੀਕ ਆ। ਅਤੇ ਜਿੱਦਣ ਤੇਰੇ 'ਤੇ ਪਰਚਾ ਹੋਇਆ ਸੀ ਨਾ ਲੱਖਿਆ ਸੁਣੀ ਹੁਣ ਮੇਰੀ ਗੱਲ ਜਿੱਦਣ ਤੇਰੇ 'ਤੇ ਪਰਚਾ ਹੋਇਆ ਸੀ ਹੈ ਨਾ ਉਦਣ ਮੋਤਾ ਸਿੰਘ ਦੇ ਨਾਂ ਦੇ ਉੱਤੇ ਮੋਤਾ ਸਿੰਘ ਦੇ ਨਾਂ ਦੇ ਉੱਤੇ 2 ਵਾਰੀ ਮਦਦ ਭੇਜੀ ਤੈਨੂੰ 2 ਵਾਰੀ ਦੋ ਵਾਰੀ ਮਦਦ ਭੇਜੀ ਤੈਨੂੰ ਵੀ ਤੈਨੂੰ ਤੈਨੂੰ ਜਾਣਾ ਆਉਣਾ ਪੈਂਦਾ ਅਤੇ
तेरी मदद हो जूगी। ते मदद केड़े बंदे राही भेजी, तैनू केड़े बंदे ने, केड़े बंदे ने तैनू गाड़ी नंबर दते, वो भी तैनू दस दांगे। ते जिहड़े वैस्टर्न यूनियन दे नंबर वा, मैनू ना क्लिक कवर करना पैना, जिहड़े वैस्टर्न यूनियन दे नंबर वा वो भी इत्थे उपरले बने तैनू दिख जाने आ। आ वेख ली जिद्दण लख्या अहीं तेरे नाल खड़े ही, तेरे तेल पानी का बंदोबस्त करते ही, उदण नहीं तैनू लगा भी अहीं मतलब भी ये सिख वर्से च मतलब भी मोर्चा बनाउण डए आ। ते अज तू अंदर वा, अंदर वा के दूजे बंदिया नू सानू कहण डिया कि बई वघेलैंड पार्टी ने सिख वर्से च कामरेड मोर्चा बनाता। सिख वर्से च कामरेड मोर्चा उदण बनिया ही जिद्दण जकारे लगन ते इन्हां ने बंदिश लाई ही। सिख वर्से कामरेड मोर्चा उदण बनिया ही जिद्दण केसरी निशान साहब लाउण नू कहा ही, ठीक है ना। ते बाकी गलबात होर सुनदे आ ते फिर तैनू अगला जवाब दिंदे आ। ਥੋੜੇ ਜਿਹੇ ਪਾਉਂਦੇ ਆ ਉਹ, ਆਂਦੇ ਵੀ ਤੁਸੀਂ ਜਦੋਂ ਠੀਕ ਆ ਉਦੋਂ ਬਾਅਦ ਜੇ ਜਿੱਤ ਲਓ ਉਦੋਂ ਬਾਅਦ ਸਪੈਸ਼ਲ ਤੁਸੀਂ ਉਹ ਚੀਜ਼ ਤੇ ਵਘੇਲ ਸਿੰਘ ਵਾਲੇ ਸਿਸਟਮ ਤੇ ਚਲੇ ਜਾਓ ਤੇ ਉਹ ਉਦੋਂ ਮੁੜ ਕੇ ਲੋਕ ਫਿਰ ਸਾਥ ਦੇ ਦੇਣਗੇ। ਪਰ ਇਹਨਾਂ ਵੀ ਅੱਜ ਦੀ ਡੇਟ 'ਚ ਤਾਂ ਨਾ ਵਿਗਾੜ ਕਰੋ। ਇਹ ਕਿਹੜੇ ਕਿਹੜੇ, ਇੱਕ ਤਾਂ ਭੇਲ ਆ, ਇੱਕ ਵੀਰਜੀਤ ਆ। ਨਹੀਂ ਵੀਰਜੀਤ ਦਾ ਵੀ ਜਿਹੜੀ ਵਘੇਲ ਟੀਮ ਆ ਨਾ ਉਹਦਾ, ਹੁਣ ਵੇਖ ਵੀ ਵੀਰਜੀਤ, ਵੀਰਜੀਤ ਸੁੱਖਾ ਲਖਿਆ ਉਹ ਬੰਦਾ ਹੀ ਜਿਹਨੇ ਦਿਨੇ ਰਾਤ ਤੇਰੇ 'ਤੇ ਇੱਕ ਕੀਤਾ, ਜਿਹਨੇ ਦਿਨ ਰਾਤ ਤੇਰੇ 'ਤੇ ਜ਼ਿਆਦਾ ਜ਼ੋਰ ਲਾਇਆ। ਜਗਦੀਪ ਰੰਧਾਵੇ ਦੇ ਆਉਣ ਦੇ ਉੱਤੇ ਉਹਨੇ ਜਗਦੀਪ ਰੰਧਾਵੇ ਦੇ ਉੱਤੇ ਕਹਿਣ ਦੇ ਉੱਤੇ ਉਸ ਬੰਦੇ ਨੇ ਦਿਨ ਰਾਤ ਤੇਰੀ ਜਿਹੜੀ ਸੀ ਉਹ ਸੋਭਾ ਕੀਤੀ ਸੀ, ਤੇਰੀ ਦਿਨ ਰਾਤ ਉਹਨੇ ਮਤਲਬ ਵੀ ਇੱਕ ਕਰਕੇ ਅਤੇ ਤੈਨੂੰ ਫਿਰ ਇੱਕ ਵਾਰੀ ਲੋਕਾਂ ਦੀ ਨਿਗਾਹ ਦੇ ਵਿੱਚ ਸਟੈਂਡ ਕੀਤਾ ਸੀ। ਅਤੇ ਕਾਮਰੇਡਾਂ ਨੇ ਤਾਂ ਤੇਰੇ ਨਾਂ ਦੇ ਉੱਤੇ ਲੱਖਾਂ ਸਧਾਣਾ ਮੁਰਦਾਬਾਦ ਦੇ ਨਾਅਰੇ ਲਾਏ ਸੀ, ਅਤੇ ਤੂੰ ਬੋਲੀ ਫਿਰ ਉਹਨਾਂ ਦੀ ਬੋਲਦਾ ਲੱਖੇ। ਸਾਡਾ ਤਾਂ ਜਿਹੜਾ ਇੰਡੀਆ ਆਉਣਾ ਆਉਣਾ ਬੰਦ ਹੋਇਆ ਹੀ ਹੋਇਆ। ਅਤੇ ਹੁਣ ਇੱਦਾਂ ਕਰਿਓ ਵੀ ਇਹਦਾ ਜਵਾਬ ਜਿਹੜੀ ਗੱਲ ਦਾ ਹੋਊਗਾ ਨਾ, ਜਵਾਬ ਉੱਦਾਂ ਦਵੀ, ਬਦਮਾਸ਼ੀ ਨਾ ਦੇਣ ਦਾ ਜਵਾਬ ਨਾ ਕਰੀ। ਹੁਣ ਜਵਾਬ ਜਿੱਦਾਂ ਦੇਣਾ ਹੋਊਗਾ ਉੱਦਾਂ ਦਈ, ਅਤੇ ਅੱਗੇ ਵੀਰ ਮੇਰੇ ਸੁਣ ਲਓ। ਲੈਣਾ ਦੇਣਾ ਹੈਗਾ ਵੀਰ ਜੀ ਸੁੱਖੇ ਦਾ, ਉਹ ਤਾਂ ਸਿਰਫ ਇੰਨਾ ਵੀ ਉਹਨੇ ਸੋਚ ਲਓ ਮੀਡੀਆ 'ਤੇ ਜਦੋਂ ਉਹ ਗੱਲ ਕੀਤੀ ਸੀਗੀ ਵੀ ਉਹਨਾਂ ਨੇ ਆਪ ਸਮੇਂ ਆਪਣੇ ਆਏ ਤਾਂ ਸਮਾਜ ਸੇਵੀਆਂ ਦੇ ਚੱਕਰ 'ਤੇ ਚੱਲੇ ਸੀਗੇ। ਉਦੋਂ ਬਾਅਦ ਇਹਨਾਂ ਦਾ ਹੈਗਾ ਇੱਕ ਨਰਿੰਦਰ ਹੈਗਾ ਅਤੇ ਇੱਕ ਦੂਜਾ ਹੈਗਾ ਰੂਮਾ ਬਾਲਾ, ਹੋਰ ਇਹਨਾਂ ਦੀ ਜਾਣੀ ਕਿ ਜਿਹੜੀ ਟੀਮ ਨਾ 7-8 ਲੱਖ ਰੁਪਈਆ ਹਰੇਕ ਮਹੀਨੇ ਕੱਢਦੇ ਇਹ, ਜਾਣੀ ਕਿ ਉਹ ਆਪਣੇ ਪੰਜਾਬ ਦੇ ਵਿੱਚ ਲਾਉਂਦੇ ਆ। ਉਹ ਇਹਨਾਂ ਦੀ ਇੱਕ ਟੀਮ ਬਣਾਈ ਹੋਈ ਆ ਬਾਹਰ, ਉਹਦੇ 'ਚ ਬਾਹਲਾ ਨਹੀਂ ਲੋਕਾਂ ਕੋਲ ਸਾਹਮਣੇ ਨਹੀਂ ਆਉਂਦੀ ਇਸ ਚੀਜ਼ 'ਤੇ ਵੀ ਉਹ ਜਿੰਨਾ ਕੁ ਹੈਗਾ ਚੁੱਪ ਚਪੀਤੇ ਦਾਨ ਕਰਦੇ ਆ। ਉਹ ਸਾਰੀ ਇੱਕ ਜਿਹੜੀ ਲਿਖਦੇ ਨੇ ਟੀਮ ਇਨਸਾਫ ਵਘੇਲ ਦੇ, ਜਦੋਂ ਵੀ ਕੋਈ ਮੰਨ ਲਓ ਦਾਨ ਨਹੀਂ ਆਉਂਦੀ ਜਾਂ ਕੁਛ ਜਾਂ ਇਹ ਕਹਿ ਦਿੰਦਾ ਹੁੰਦਾ, ਉਹਦੇ 'ਚ ਟੀਮ ਇਨਸਾਫ ਜਿਹੜੀ ਲਿਖੀ ਹੁੰਦੀ ਆ ਉਹ ਇਹ ਸਾਰੀ ਟੀਮ ਬਣੀ ਹੋਈ ਆ, ਉਹਦੇ ਵਿੱਚ ਹੀ ਸਾਰਾ ਫੈਸਲਾ ਸਾਂਝਾ ਲੈਂਦੇ ਆ। ਇਹ ਮੈਨੂੰ ਪਹਿਲਾਂ ਦੀ ਪਹਿਲਾਂ ਸੀਗਾ, ਮੈਂ ਵੀ ਉਦੋਂ ਦਾ ਜਾਣੀ ਕਿ ਇਹਨਾਂ ਕਿ ਨੂੰ ਫੋਲੋ ਕਰਦਾ ਸੀਗਾ, ਮੈਨੂੰ ਬਾਹਰਲੇ ਵੀ ਕਹਿੰਦੇ ਸੀ, ਮੈਂ ਵੀ ਉਹ ਜਦੋਂ ਇਹ ਗਾਲਾਂ ਵਾਲਾ ਕੰਮ ਆ ਵੀ ਹੁਣ ਆਪਣੀਆਂ ਵੀ ਧੀਆਂ ਭੈਣਾਂ ਨਾਲ ਜਦੋਂ ਗਾਲਾਂ ਕੱਢਣ ਵਾਲੀ ਲਾਈਵ ਵਿੱਚ ਪਾ ਦੇਣੀ, ਉਹ ਕਿੱਡੀ ਕੁ ਸਿਆਣਪ ਆ। ਫਿਰ ਉਹਨਾਂ ਨੂੰ ਹੁਣ ਮੈਂ ਕਿਹਾ ਜੇ ਤੁਸੀਂ ਮੇਰੇ ਨਾਲ ਲਾਈਵ 'ਤੇ ਆ ਜਾ ਕਰੋ ਜੇ ਤੁਸੀਂ ਇਹਦੀ ਪਬਲਿਸਿਟੀ। ਹੁਣ ਜਿਹੜੇ ਬੰਦੇ ਨੇ ਬਾਈ ਤੈਨੂੰ ਫੋਨ ਕੀਤਾ, ਤੈਨੂੰ ਇਸ ਗੱਲ ਦਾ ਵੀ ਪਤਾ ਵੀ ਟੀਮ ਸਾਡੀ ਕਿੱਦਾਂ ਕੰਮ ਕਰਦੀ ਆ, ਤੈਨੂੰ ਉਸੇ ਬੰਦੇ ਨੇ ਜਿਹੜੇ ਬੰਦੇ ਤੇਰੇ ਨਾਲ ਗੱਲ ਕਰਨ ਡਿਆ ਉਸੇ ਬੰਦੇ ਨੇ ਤੈਨੂੰ ਦੱਸਿਆ ਵੀ ਅਸੀਂ ਕਿੰਨੇ ਪੈਸੇ ਕੱਢਦੇ ਹਾਂ ਮਹੀਨੇ ਦੇ, ਠੀਕ ਹੈ ਜੀ। ਇਸ ਗੱਲ ਦਾ ਹੁਣ ਜਿਹੜੇ ਵੀਰ ਸੁਣ ਡਏ ਆ ਉਹਨਾਂ ਨੂੰ ਪਤਾ ਲੱਗ ਗਿਆ ਉਹ ਕਿੰਨੇ ਪੈਸੇ, ਅਸੀਂ ਹਰੇਕ ਬੰਦੇ ਦਾ ਇਲਾਜ ਪੰਜਾਬ 'ਚ ਨਹੀਂ ਕਰਵਾ ਸਕਦੇ, ਇਸ ਗੱਲ ਦਾ ਵੀ ਪਤਾ ਅਤੇ ਮਜਬੂਰੀ ਵੀ ਆ ਸਾਡੀ, ਅਤੇ ਦੱਸ ਵੀ ਦਿੱਤਾ ਉਹਨੇ ਵੀ ਅਸੀਂ ਕਿੱਦਾਂ ਕੰਮ ਕਰਦੇ ਹਾਂ। ਪਰ ਇਹਨਾਂ ਦੇ ਵਿੱਚ ਜਿਹੜੇ ਦੋਵਾਂ ਬੰਦਿਆਂ ਦੇ ਨਾਂ ਲਏ ਨਰਿੰਦਰ ਦਾ ਅਤੇ ਰੋਮੇ ਬਲ ਦਾ, ਮੈਂ ਇੰਨੀ ਗੱਲ ਕਹਿੰਦਾ ਵੀ ਬਾਈ ਜੀ ਉਹ ਬੰਦੇ ਤਾਂ ਰੱਬ ਦਾ ਰੂਪ ਬੰਦੇ ਆ, ਭਲੇ ਮਾਨਸ ਬੰਦੇ ਆ, ਕੰਮ ਕਰਦੇ ਆ, ਨਾਲ ਆਪਣੇ ਦਸਵੰਧ ਪੈਸਾ ਕੱਢਦੇ ਆ, ਅਤੇ ਉਸੇ ਦਸਵੰਧ ਦੇ ਵਿੱਚੋਂ ਹੀ ਲੱਖੇ ਬਾਈ, ਉਸੇ ਦਸਵੰਧ ਦੇ ਵਿੱਚੋਂ ਹੀ ਲੱਖੇ ਬਾਈ ਤੇਰੀ ਮਦਦ ਕੀਤੀ ਸੀ ਆਪਾਂ। ਇਹ ਇਹਨਾਂ ਬੰਦਿਆਂ ਦਾ ਦਸਵੰਧ ਵਾ, ਜਿਨ੍ਹਾਂ ਬੰਦਿਆਂ ਦਾ ਦਸਵੰਧ ਤੇਰੇ ਤੱਕ ਪਹੁੰਚਾ ਸੀ ਅਤੇ ਉਹ ਬੰਦੇ ਤੱਕ ਜਿਹੜੇ ਕਿੰਨੇ ਵੀ ਜਿੰਨੇ ਵੀ ਬੰਦੇ ਮੇਰੇ ਹੈਗੇ ਆ, ਅਜੇ ਬੰਦੇ ਮੇਰੇ ਹਿਸਾਬ ਨਾਲ ਦੋਵੇਂ ਬੰਦੇ ਸੁਣਨ ਵੀ ਡਏ ਆ ਜਿਹੜੇ ਬੰਦਿਆਂ ਨੇ ਟੀਮ ਦੇ ਮੈਂਬਰਾਂ ਵਜੋਂ ਪੈਸੇ ਭੇਜੇ। ਲੱਖੇ ਬਾਈ ਤੂੰ ਤਾਂ ਸਾਡੀ
ਸਾਡੇ ਖੂਨ ਦੀ ਕਮਾਈ ਜਿਹੜੀ ਸੀ ਨਾ ਉਹ ਵੀ ਖਾ ਕੇ ਸਾਡੇ ਖਿਲਾਫ਼ ਹੀ ਜ਼ਹਿਰ ਸੁੱਟ ਦਿੱਤਾ ਤੂੰ ਤੇ ਯਾਰ। ਅਸੀਂ ਤੇ ਆਪਣੀ ਦਿਨ ਰਾਤ ਦੀ ਜਿਹੜੀ ਅੱਖਾਂ ਪਾੜ ਪਾੜ ਕੇ ਜਿਹੜੀ ਕਮਾਈ ਕੀਤੀ ਅਸੀਂ ਤੇ ਉਹਨਾਂ ਦੇ ਵਿੱਚੋਂ ਤੇਰੀ ਸਪੋਰਟ ਕੀਤੀ ਅਤੇ ਬਾਈ ਤੂੰ ਸਾਡਾ ਖੂਨ ਪੀ ਕੇ ਵੀ ਬਾਈ ਜਿਹੜੀ ਮਤਲਬ ਵੀ ਗੱਲਬਾਤ ਹੈਗੀ ਆ ਠੀਕ ਆ ਨਾ। ਅਤੇ ਆ ਸਿੱਧੂ ਸੰਤ ਜੀ ਅਤੇ ਰਿਕਾਰਡਿੰਗ ਕੋਈ ਗੱਲ ਨਹੀਂ ਕੱਲ੍ਹ ਨੂੰ ਪਾ ਦੇਣੀ ਆ, ਪਤਾ ਕਰ ਲਿਓ ਤੁਸੀਂ ਕਿਹਦੀ ਆਵਾਜ਼ ਠੀਕ ਆ ਨਾ। ਕਰਨੀ ਆ ਤੈਨੂੰ ਵੱਡੀ ਪੱਧਰ ਤੇ ਵੱਧ ਸਕਦਾ ਉਹਦੇ ਯਾਰ, ਸਾਨੂੰ ਆਹ ਦਿੱਕਤ ਆ ਵੀ ਅਸੀਂ ਸਾਰੇ ਚੰਗੇ ਘਰਾਣੇ ਉਹਨਾਂ ਨਾਲ ਪੰਜਾਬ ਚੋਂ ਵੀ ਤੇ ਇੱਥੇ ਵੀ, ਤੇ ਮੈਂ ਕਿਹਾ ਯਾਰ ਤੁਸੀਂ ਮੇਰੀ ਲਾਈਵ ਕੋਈ ਵੀ ਕੱਢ ਕੇ ਵੇਖ ਲਿਓ ਵੀ ਮੈਂ ਹਮੇਸ਼ਾ ਮੈਂ ਤੱਥਾਂ ਦੇ ਆਧਾਰ ਤੇ ਬੋਲੂੰਗਾ, ਮਾੜਾ ਕਿਤੇ ਬੋਲੂੰਗਾ ਨਾ ਹੀ ਮੈਨੂੰ ਮਾੜਾ ਕਮੈਂਟ ਬੋਲਾ। ਕਰਤੂਤ ਸੁਣ ਲਾ, ਇਹਨਾਂ ਨੇ ਲੋਕਾਂ ਦੀਆਂ ਕੁੜੀਆਂ ਦੀਆਂ ਕੁੜੀ ਦੇ ਲੋਕਾਂ ਦੇ ਪਰਿਵਾਰਾਂ ਦੀਆਂ ਜਨਾਨੀਆਂ ਦੀਆਂ ਵੀਡੀਓ ਐਡਿਟ ਕਰ ਕਰਕੇ ਫੋਟੋਆਂ ਐਡਿਟ ਕਰਕੇ ਉਹਨਾਂ ਨੇ ਮੂੰਹ। ਹਾਂ ਲੱਖੇ ਬਾਈ ਹੁਣ ਜਿਹੜੀ ਤੂੰ ਗੱਲਬਾਤ ਕੀਤੀ ਵੀ ਫੋਟੋਆਂ ਐਡਿਟ ਕਰਦੇ ਜਾਂ ਉਹ ਕਰਦੇ ਆ, ਜਾਂ ਤੇ ਬਾਈ ਇਸ ਗੱਲ ਦਾ ਸਬੂਤ ਦੇ ਵੀ ਅਸੀਂ ਕਦੀ ਕਿਸੇ ਦੀ ਫੋਟੋ ਐਡਿਟ ਕੀਤੀ ਹੋਵੇ, ਮੇਰੀ ਆਈ ਡੀ ਤੋਂ ਫੋਟੋ ਐਡਿਟ ਕੀਤੀ ਪਈ ਹੋਵੇ, ਜਿਹਦੀਆਂ ਬਾਕੀ ਹੋਰ ਜਿਹਦੀਆਂ ਮਰਜ਼ੀ ਤੁਸੀਂ ਪਾਈ ਜਾਓ, ਤੁਸੀਂ ਮੇਰੇ ਜੁੰਮੇ ਲਾਈ ਜਾਓ ਜੋ ਮਰਜ਼ੀ, ਪਰ ਬੰਦੇ ਕਿਸੇ ਨੇ ਅੱਜ ਤੱਕ ਸਾਰਿਆਂ ਇਲਜ਼ਾਮ ਹੀ ਲਾਏ, ਕਿਸੇ ਨੇ ਸਬੂਤ ਨਹੀਂ ਦਿੱਤਾ ਠੀਕ ਆ ਨਾ। ਅਤੇ ਗੱਲਬਾਤ ਬਾਈ ਗੁੱਸਾ ਇਸ ਗੱਲ ਦਾ ਨਹੀਂ ਆਉਂਦਾ ਕਿ ਤੂੰ ਸਾਡੇ ਤੇ ਆਹ ਇਲਜ਼ਾਮ ਲਾਇਆ, ਗੁੱਸਾ ਇਸ ਗੱਲ ਦਾ ਆਉਂਦਾ ਕਿ ਤੂੰ ਸਾਡੇ ਮੂੰਹ 'ਤੇ ਗੱਲ ਨਹੀਂ ਕੀਤੀ। ਜੇ ਸਾਡੇ ਮੂੰਹ 'ਤੇ ਗੱਲ ਕਰਦਾ ਨਾ ਤਾਂ ਸਾਨੂੰ ਰੋਸ ਕੋਈ ਨਾ ਹੁੰਦਾ। ਜਿੱਦਣ ਅਸੀਂ ਤੇਰੀ ਮਦਦ ਕੀਤੀ ਸੀ ਨਾ ਉਦਣ ਇਹ ਗੱਲ ਕਹਿੰਦਾ ਕਿ ਬਘੇਲ ਸਿਆਂ ਮੈਂ ਤੁਹਾਡੇ ਨਾਲ ਨਹੀਂ ਬਾਈ, ਤੁਹਾਡੇ ਵੱਲੋਂ ਭੇਜੀ ਮਦਦ ਮੈਂ ਨਹੀਂ ਲੈ ਸਕਦਾ ਬਾਈ, ਉਹ ਜਿਹੜੀ ਮਦਦ ਆ ਨਾ ਤੁਸੀਂ ਮਤਲਬ ਵੀ ਭੇਜੀ ਆ ਅਤੇ ਤੁਹਾਡੇ ਤੁਸੀਂ ਆਹ ਕੰਮ ਕਰਦੇ ਹੋ ਅਤੇ ਬਾਈ ਦੁੱਖ ਬੜਾ ਲੱਗਾ ਇਸ ਗੱਲ ਦਾ ਵੀ ਤੂੰ ਸਾਡੇ 'ਤੇ ਆਹ ਇਲਜ਼ਾਮ ਲਾਏ, ਤੂੰ ਸਾਡੇ 'ਤੇ ਛੱਡ, ਤੂੰ ਹੁਣ ਅਗਲੇ ਬੰਦਿਆਂ 'ਤੇ ਜੋ ਕੀਤਾ ਉਹ ਤੁਹਾਨੂੰ ਸੁਣਾ ਦਿੰਦੇ ਹਾਂ ਜੀ, ਲਓ ਸੁਣਿਓ ਜਰਾ। ਕਾਮਰੇਡ ਸਾਡੇ ਨੇ, ਮੈਂ ਕਾਮਰੇਡ ਤੋਂ ਮਾਫ਼ੀ ਮੰਗਦਾ, ਉਹਦੇ ਸ਼ਬਦ ਵਾਪਸ ਲੈਣਾ ਜਿਹੜੀ ਗੱਲ ਮੈਂ ਕਿਹਾ ਸੀ ਲਾਲ ਦੀ ਕਲਾਣੀ। ਹੁਣ ਫੇਸਬੁੱਕ ਸਿੰਘਰਸ਼ੀਲ ਜੋਰੇ ਕਿੱਧਰ ਗਏ ਬੋਲੇ ਨੀ ਬਾਈ, ਲਿਖ ਕੇ ਪਾ ਬਸ ਮੈਂ ਉਹ ਆਪਦੇ ਹਿਸਾਬ ਨਾਲ ਕਰਕੇ ਦੂਜਾ ਪਾ ਦੂੰਗਾ ਤੇ ਫਿਰ ਤੁਸੀਂ ਹੁਣ ਲੱਖਾ ਇੱਥੇ ਬੰਦੇ ਨੂੰ ਕੀ ਕਹਿਣ ਡਿਆ ਵਾ ਵੀ ਇਹ ਜਿਹੜੇ ਬੰਦੇ ਕਹਿੰਦੇ ਸੀ ਵੀ ਇਹ ਲੱਖਾ ਮਾਫ਼ੀ ਮੰਗਿਆ ਕਾਮਰੇਡਾਂ ਕੋਲ ਮਾਫ਼ੀ ਮੰਗਿਆ ਅਤੇ ਦੀਪ ਸਿੱਧੂ ਨੇ ਆਣ ਕੇ ਬਾਹਰ ਗੱਲਬਾਤ ਕੀਤੀ ਵੀ ਮੈਂ ਕਾਮਰੇਡਾਂ ਦੇ ਨਾਲ ਹੀ ਹਾਂ ਅਤੇ ਦੀਪ ਸਿੱਧੂ ਨੂੰ ਇਹਦੇ ਬਾਰੇ ਕੋਈ ਬੋਲੇ ਨਹੀਂ ਬਈ। ਸਭ ਤੋਂ ਜ਼ਿਆਦਾ ਏਕਤਾ ਦਾ ਰਾਗ ਅਤੇ ਤੂੰ ਰਾਗ ਤੂੰ ਉਲਾਪਦਾ ਰਿਹਾ ਅਤੇ ਉਹ ਏਕਤਾ ਦਾ ਰਾਗ ਅਲਾਪਣ ਕਰਕੇ ਜੇ ਦੀਪ ਬਾਹਰ ਆਣ ਕੇ ਹੋਰ ਕੋਈ ਬਿਆਨ ਦੇ ਦਿੰਦਾ ਤਾਂ ਫਿਰ ਤੁਸੀਂ ਦੂਜੇ ਬੰਨੇ ਹੋ ਜਾਣਾ ਸੀ ਅਤੇ ਜੇ ਦੀਪ ਨੇ ਇੰਨੀ ਗੱਲ ਕਹਿਤੀ ਅਤੇ ਅਸੀਂ ਕੁਝ ਨਹੀਂ ਲਿਖਿਆ ਅਤੇ ਤੂੰ ਉਸ ਬੰਦੇ ਨੂੰ ਇੰਨੀ ਗੱਲ ਕਹਿਣ ਡਿਆ ਕਿ ਬਾਈ ਜੀ ਜੇ ਤੂੰ ਲਿਖ ਕੇ ਭੇਜ ਕੁਝ ਵਧੀਆ ਜਿਹਾ ਅਤੇ ਜੇ ਕੋਈ ਕਸਰ ਰਹਿ ਜੂਗੀ ਤਾਂ ਮੈਂ ਪੂਰੀ ਕਰ ਦੂੰਗਾ। ਲਿਖਿਆ ਕਸਰ ਤਾਂ ਤੂੰ ਛੱਡੀ ਕੋਈ ਨਹੀਂ, ਪੂਰੀ ਹੁਣ ਕਿਹੜੀ ਕਰਨੀ ਹੈ ਯਾਰ, ਤੂੰ ਕਸਰ ਤਾਂ ਤੂੰ ਕੋਈ ਛੱਡੀ ਨਹੀਂ ਵੀਰ, ਕਸਰ ਤੂੰ ਨਾ ਸਾਡੇ ਆਪਣੇ ਮੂਹਰੇ ਖਿਲਾਰ ਕੇ ਨਾ ਸਾਨੂੰ, ਜੇ ਕਿਤੇ ਮੈਂ ਤੂੰ ਮੇਰੇ ਤੋਂ ਵੱਡਾ ਕਿ ਨਿੱਕਾ ਮੈਨੂੰ ਇਸ ਗੱਲ ਦਾ ਪਤਾ ਨਹੀਂ, ਪਰ ਇੱਕ ਗੱਲ ਮੈਂ ਤੈਨੂੰ ਦੱਸਦਾ ਵਾਂ ਵੀ ਜੇ ਤੂੰ ਕਿਤੇ ਸਾਡੇ ਸਾਹਮਣੇ ਖਲੋ ਕੇ ਸਾਡੇ ਚਪੇੜਾਂ ਮਾਰ ਦਿੰਦੋ ਨਾ ਤਾਂ ਸਾਲਾ ਇੰਨਾ ਦੁੱਖ ਨਹੀਂ ਲੱਗਣਾ ਸਾਡੇ ਚਪੇੜਾਂ ਮਾਰ ਦਿੰਦੋ ਨਾ ਤੂੰ ਜੋ ਮਰਜ਼ੀ ਕਰ ਦਿੰਦਾ ਅਤੇ ਸਾਨੂੰ ਇੰਨਾ ਦੁੱਖ ਨਹੀਂ ਲੱਗਣਾ, ਗੋਲੀ ਵੀ ਮਾਰ ਦਿੰਦੋ ਨਾ ਤੂੰ ਇੰਨਾ ਦੁੱਖ ਨਹੀਂ ਲੱਗਣਾ। ਪਰ ਤੈਨੂੰ ਮੈਂ ਬਾਈ ਇੱਕ ਗੱਲ ਦੱਸਾਂ, ਜਿਹੜੀ ਤੂੰ ਆਹ ਗੱਲ ਕਹਿਤੀ ਨਾ ਕਿ ਬਘੇਲ ਐਂਡ ਪਾਰਟੀ ਨੇ ਸਿੱਖ ਵਰਸੇ 'ਚ ਕਾਮਰੇਡ ਬਣਾ ਤਾ, ਤਾਂ ਇਹ ਉਹ ਬਘੇਲ ਹੋਣੀ ਆ ਜਿਨ੍ਹਾਂ ਦੀਆਂ ਟੋਇਲਟਾਂ ਅੱਜ ਤੱਕ ਦਸ਼ਮੇਸ਼ ਅਕੈਡਮੀ ਵੱਲੋਂ ਨਾਲ ਉਹਨਾਂ ਦੇ ਖੜੀਆਂ ਵਾਂ, ਜਿੱਥੇ ਖਾ ਖਾ ਕੇ ਬਾਹਰ ਵਾਲਿਆਂ ਦਾ ਹੱਗ ਦੇ ਜੇ ਪੀ ਪੀ ਸੁਖਵਿੰਦਰ ਸਿੰਘ ਨੂੰ ਪੁੱਛ ਲਈ ਅੱਧੀ ਜ਼ਬਾਨ ਨਾਲ ਜਿੱਥੇ ਵੀ ਉਹਨੇ ਕਿਹਾ ਸੇਵਾ ਨਹੀਂ ਭੇਜੀ ਤੇ
ਜੇ ਜੇ ਤਰਪਾਲਾਂ ਦੀ ਲੋੜ ਸੀ ਤਾਂ ਭੇਜੀਆਂ, ਕਿਤੇ ਲੰਗਰ ਦੀ ਲੋੜ ਸੀ ਤਾਂ ਭੇਜੀਆਂ, ਸਾਰਾ ਕੁਝ ਹੀ ਕੀਤਾ। ਜੇ ਤੈਨੂੰ ਜਿੰਨੇ ਪੈਸੇ ਖਰਚ ਦਿੱਤੇ ਨਾ ਦਸ਼ਮੇਸ਼ ਅਕੈਡਮੀ ਨਾਲ ਰਲ ਕੇ, ਦਸ਼ਮੇਸ਼ ਅਕੈਡਮੀ ਵਾਲੇ ਅੱਜ ਮੈਨੂੰ ਮੇਰੇ ਨਾਲ ਗੱਲ ਤੱਕ ਨਹੀਂ ਕਰਦੇ। ਕਿਉਂ ਨਹੀਂ ਗੱਲ ਕਰਦੇ? ਕਹਿੰਦੇ ਬਾਬਾ ਤੁਸੀਂ ਸਾਨੂੰ ਦੱਸਿਆ ਹੀ ਨਹੀਂ ਵੀ ਇੱਥੇ ਇਹ ਕੁਝ ਹੋਣਾ। ਜਿੰਨੇ ਪੈਸੇ ਖਰਚ ਦਿੱਤੇ ਨਾ ਉਹਨਾਂ ਨਾਲ ਰਲ ਕੇ, ਅਤੇ ਜੇ ਤੈਨੂੰ ਦੱਸ ਦਈਏ ਨਾ ਪੈਸੇ ਕਿੰਨੇ ਖਰਚਦੇ, ਤਾਂ ਲਿਖਿਆ ਤੁਹਾਡਾ ਕਰਕੇ, ਕਈਆਂ ਬੰਦਿਆਂ ਦਾ ਕਰਕੇ, ਅਤੇ ਗਸ਼ ਪੈ ਜਾਣੀ ਅੱਧੇ ਬੰਦਿਆਂ ਨੂੰ। ਅਤੇ ਗੱਲ ਬਾਬਾ ਇਹ ਨਹੀਂ ਹੈਗੀ, ਗੱਲ ਤੈਨੂੰ ਸਾਡੇ ਨਾਲ ਕਰਨੀ ਚਾਹੀਦੀ, ਤੈਨੂੰ ਲੋਕਾਂ ਤੱਕ ਗੱਲ ਨਹੀਂ ਕਰਨੀ ਚਾਹੀਦੀ। ਸਾਨੂੰ ਲਾਈਵ ਨਹੀਂ ਹੋਣਾ ਚਾਹੀਦਾ, ਇੱਦਾਂ ਤੇਰੇ ਨਾਲ ਆਣ ਕੇ ਜਿਹੜੀ ਗੱਲਬਾਤ ਆ ਉਹ ਨਹੀਂ ਕਰਨੀ। ਤੈਨੂੰ ਪਤਾ ਨਹੀਂ ਕਿਹੜੀ ਗੱਲ ਦਾ ਦੁੱਖ ਲੱਗਾ ਮੇਰੇ ਤੋਂ, ਅਤੇ ਤੂੰ ਇੰਨੀ ਗੱਲ ਕਹਿਣ ਡਿਆ ਵੀ ਬਘੇਲੈਂਡ ਪਾਰਟੀ ਨੇ ਜਿਹੜਾ ਸਿੱਖ ਵਰਸਿਜ ਕਾਮਰੇਡ ਬਣਾ ਦਿੱਤਾ। ਬਈ ਸਾਨੂੰ ਨਹੀਂ ਚੰਗਾ ਲੱਗਾ, ਸਾਨੂੰ ਨਹੀਂ ਚੰਗਾ ਲੱਗਾ ਜੇ ਕੋਈ ਭਾਵੇਂ ਸਿਰ ਤੋਂ ਭਾਵੇਂ ਵਾਲ ਹੈਗੇ ਆ, ਭਾਵੇਂ ਦਾੜੀ ਹੈਗੀ ਆ, ਭਾਵੇਂ ਜਿੱਦਾਂ ਮਰਜ਼ੀ ਆ, ਪਰ ਸਾਨੂੰ ਨਹੀਂ ਚੰਗਾ ਲੱਗਾ ਜਿੱਦਣ ਉਹਨਾਂ ਨੇ ਕਿਹਾ ਸੀ ਸਟੇਜ ਦੇ ਉੱਤੇ ਨਾਰੇ ਨਾ ਲਾਓ। ਸਾਨੂੰ ਨਹੀਂ ਚੰਗਾ ਲੱਗਾ ਜਿੱਦਣ ਉਹਨਾਂ ਨੇ ਕਿਹਾ ਸੀ ਮਤਲਬ ਵੀ ਉੱਥੋਂ ਝੰਡੇ ਲਾ ਦਿਓ, ਕੇਸਰੀ ਝੰਡੇ ਲਾ ਦਿਓ। ਸਾਨੂੰ ਨਹੀਂ ਚੰਗਾ ਲੱਗਾ ਕਿ ਜਿੱਦਣ ਸਟੇਜ ਦੇ ਸਾਹਮਣੇ ਬੈਠੇ ਸੀ ਲੋਕ, ਉਹਨਾਂ ਦੀਆਂ ਤਖਤੀਆਂ ਫੜ ਕੇ ਕਾਮਰੇਡਾਂ ਦੀਆਂ, ਜਿਹੜੇ ਬੰਦਿਆਂ ਨੇ ਮਤਲਬ ਵੀ ਅੱਜ ਤੱਕ ਕੋਈ ਦੇਣ ਨਹੀਂ, ਅਤੇ ਸਾਨੂੰ ਨਹੀਂ ਚੰਗਾ ਲੱਗਾ ਵੀ ਉਦਣ ਸਾਡੇ ਸੰਘਰਸ਼ੀ ਯੋਧਿਆਂ ਦੀ ਕਿਸੇ ਦੀ ਫੋਟੋ ਹੈ ਨਹੀਂ ਮਨੁੱਖੀ ਅਧਿਕਾਰਾਂ ਦੀ ਆੜ ਦੇ ਵਿੱਚ ਜਿਹੜੇ ਕਾਮਰੇਡਾਂ ਨੂੰ। ਸਾਨੂੰ ਨਹੀਂ ਚੰਗਾ ਲੱਗਾ ਉਦਣ ਜਿੱਦਣ ਬਲਦੇਵ ਮਾਨ ਦੀ ਬਰਸੀ ਮਨਾਈ ਆ, ਅਤੇ ਉਹ ਬੰਦੇ ਦੀ ਬਰਸੀ ਮਨਾਈ ਆ ਜਿਹੜੇ ਬੰਦੇ ਨੇ ਇੱਕ ਖਾੜਕੂ ਪਰਿਵਾਰ ਦੇ 5 ਜੀਅ ਸ਼ਹੀਦ ਕਰ ਦਿੱਤੇ। ਆਪਾਂ ਨੂੰ ਨਹੀਂ ਚੰਗਾ ਲੱਗਾ। ਸਿੱਖ ਵਰਸਿਜ ਕਾਮਰੇਡ ਅਸੀਂ ਨਹੀਂ ਬਣਾਇਆ, ਸਿੱਖ ਵਰਸਿਜ ਕਾਮਰੇਡ ਕਾਮਰੇਡਾਂ ਬਣਾਇਆ। ਜਿੱਥੇ ਮਰਜ਼ੀ ਜਦੋਂ ਮਰਜ਼ੀ ਲੱਖੇ ਡਿਬੇਟ ਕਰ ਲਈ, ਪਹਿਲਾਂ ਤਾਂ ਕਦੀ ਤੇਰੇ ਨਾਲ ਕਦੀ ਕੋਈ ਗੱਲਬਾਤ ਕੀਤੀ ਨਹੀਂ, ਪਰ ਅੱਜ ਮੈਂ ਕਿਸੇ ਨੂੰ ਕਹਿੰਦਾ ਜਿੱਥੇ ਮਰਜ਼ੀ ਡਿਬੇਟ ਕਰ ਲਈ, ਜਿਹੜੇ ਮਰਜ਼ੀ ਚੈਨਲ ਦੇ ਉੱਤੇ ਡਿਬੇਟ ਕਰ ਲਈ, ਜੇ ਮੈਂ ਝੂਠਾ ਹੋਇਆ ਤਾਂ ਮੈਂ ਆਪਣੇ ਮੂੰਹ ਉੱਤੇ ਆਪ ਚਪੇੜਾਂ ਮਾਰੂੰਗਾ। ਅਤੇ ਜੇ ਤੈਨੂੰ ਬਾਈ ਇਸ ਗੱਲ ਦਾ ਦੁੱਖ ਲੱਗਾ ਨਾ ਕਿ ਅਸੀਂ ਦੀਪ ਦੇ ਬਾਹਰ ਆਇਆਂ ਦੀਆਂ ਖੁਸ਼ੀਆਂ ਮਨਾਈਆਂ, ਅਸੀਂ ਦੀਪ ਦੇ ਮਤਲਬ ਵੀ ਆਏ ਬਾਹਰ ਆਏ ਅਤੇ ਲੱਡੂ ਵੰਡੇ ਆ, ਅਤੇ ਮੈਂ ਬਾਈ ਇੰਨੀ ਗੱਲ ਕਹਿੰਦਾ ਦੀਪ ਦੇ ਬਾਹਰ ਆਏ ਅਤੇ 1.25 ਕੁਇੰਟਲ ਲੱਡੂ ਵੰਡੇ ਆ, ਅਤੇ ਦੀਪ ਲਈ ਇੱਕ ਮੈਡਲ ਬਣਾ ਕੇ ਰੱਖਿਆ ਤੋਲੇ ਦਾ ਸੋਨੇ ਦਾ, ਉਹ ਵੀ ਉਹਨੂੰ ਪਾਉਣਾ ਵਾ, ਅਤੇ 1.25 ਕੁਇੰਟਲ ਲੱਡੂ ਉਦੋਂ ਉੱਦਣ ਵੰਡਣੇ ਹੀ ਉਹ ਜਿੱਦਣ ਦਿੱਲੀ ਆਉਣਾ ਉਹਨੇ। ਅਤੇ ਜੇ ਤੂੰ ਫੜੇ ਹੋ ਜਾਂਦੇ ਹੋ ਨਾ, ਜੇ ਤੂੰ ਬਾਬਾ ਫੜੇ ਹੋ ਜਾਂਦੋ ਲੱਖੇ ਬਾਈ ਤੂੰ ਫੜਿਆ ਜਾਂਦਾ, ਅਤੇ ਮੈਡਲ ਤੇਰੇ ਲਈ ਵੀ ਬਣਵਾਉਂਦੇ, ਤੇਰੇ ਬਾਹਰ ਆਏ ਦੇ ਉੱਤੇ ਵੀ 2.25 ਕੁਇੰਟਲ ਲੱਡੂ ਵੰਡਦੇ, 2.5 ਦੇ ਵੀ 5 ਵੰਡ ਦਿੰਦੇ ਲੱਖੇ ਭਾ। ਪਰ ਗੱਲ ਇਹ ਆ ਵੀ ਤੂੰ ਜਿਹੜੀ ਗੱਲਬਾਤ ਤੂੰ ਕੀਤੀ ਉਹ ਸਹੀ ਨਹੀਂ ਕੀਤੀ ਬਾਈ, ਤੂੰ ਗਲਤ ਵਾਂ ਤੂੰ ਇੱਥੇ। ਜੇ ਤੂੰ ਸਹੀ ਹੁੰਦਾ ਨਾ, ਜੇ ਕਿਤੇ ਤੂੰ ਆਹ ਗੱਲਾਂ ਜਿਹੜੀਆਂ ਨਹੀਂ ਕਰਨ ਵਾਲੀਆਂ ਉਹ ਨਾ ਕੀਤੀਆਂ ਹੁੰਦੀਆਂ, ਤਾਂ ਬਾਈ ਚੱਕਰ ਹੀ ਕੋਈ ਨਹੀਂ, ਅਸੀਂ ਤੇਰੇ ਨਾਲ ਖੜ੍ਹੇ ਸੀ, ਦਿਨ ਰਾਤ ਇੱਕ ਕੀਤਾ ਸੀ ਤੇਰੀ ਅਤੇ ਦੀਪ ਦੀ ਸਪੋਰਟ ਦੇ ਵਿੱਚ, ਦਿਨ ਰਾਤ ਇੱਕ ਕੀਤਾ ਸੀ ਤੇਰੀ ਅਤੇ ਸਪੋਰਟ ਉਹਦੇ ਸਪੋਰਟ ਦੇ ਵਿੱਚ। ਗਲਤ ਬੋਲਣ ਵਾਲੇ ਤਾਂ ਬਾਈ ਤੈਨੂੰ ਪਤਾ ਵੀ ਆਪਾਂ ਝਾੜ ਹੀ ਦਿੰਦੇ ਹੁੰਦੇ ਹਾਂ, ਅਤੇ ਨਾ ਹੀ ਬੋਲਿਆ ਕਰੋ ਤਾਂ ਚੰਗੀ ਗੱਲ ਆ, ਠੀਕ ਆ ਨਾ? ਅਤੇ ਮੈਨੂੰ ਗਾਲਾਂ ਕੱਢਿਆ ਕੋਈ ਫਰਕ ਨਹੀਂ ਪੈਣਾ, ਬਾਕੀ ਅਜੇ ਹੋਰ ਆ ਥੋੜ੍ਹੀ ਜਿਹੀ ਉਹ ਵੀ ਸੁਣ ਲਿਓ ਹੁਣ। ਚੱਲ ਮੈਂ ਉਹ ਠੀਕ ਆ, ਹੁਣੇ ਦੂਸਰਾ ਪਾਉਣਾ, ਅਤੇ ਦੂਜਾ ਉਸ ਤੋਂ ਬਾਅਦ ਜਦੋਂ ਆਪਦੀ ਕਦੋਂ ਮੀਟਿੰਗ, ਕਦੋਂ ਆ? ਸੋਮਵਾਰ ਸੋਮਵਾਰ 11 ਵਜੇ ਮੀਟਿੰਗ ਹੈ। ਠੀਕ ਹੈ ਬਸ, ਬਾਕੀ ਕੋਈ ਨਹੀਂ, ਜਦੋਂ ਵੀ ਤੁਸੀਂ ਨਾ ਆ ਮਾੜਾ ਜਿਹਾ ਇੱਥੇ, ਕਿਉਂਕਿ ਹੁਣ ਸੋਸ਼ਲ ਮੀਡੀਆ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਪੀਪੀ ਸੁਖਵਿੰਦਰ ਨਾਲ ਵੀ ਮਹਾਰਾਜ ਦੀ ਕਿਰਪਾ ਨਾਲ ਸੈਟਿੰਗ ਹੈ, ਕਿਉਂ ਆ ਤੁਹਾਡੇ ਨਾਲ ਜਿਹੜਾ ਤੂੰ ਪ੍ਰਧਾਨ ਮੰਤਰੀ ਵਾਲਾ, ਉਹ ਤੋਂ ਹੁਣ ਆਇਆ ਕਿ ਚੱਲ ਜਦੋਂ ਸਾਹਮਣੇ ਆਏ ਮਹਾਰਾਜ ਸੁੱਖ ਰੱਖੇ ਜਲਦੀ ਆ ਜਾਓ, ਉਦੋਂ ਉਹਨਾਂ ਤੋਂ ਥੋੜ੍ਹਾ ਜਿਹਾ ਫਰਕ ਰੱਖਿਓ ਪੀਪੀ ਸੁਖਵਿੰਦਰ। ਹਾਂ ਉਹ ਉਹ ਆਉਣਾ ਵੀ ਜਦੋਂ ਸੋਸ਼ਲ ਮੀਡੀਆ ਤੇ ਜੋ ਵੀ ਹੈਗਾ ਜਦੋਂ ਮੰਨ ਲੈ, ਠੀਕ ਹੈ ਉਦੋਂ ਮੈਂ ਵੀ ਇੱਕ ਹੁੰਦਾ ਇਕੱਲਾ ਬੰਦੇ ਨੇ ਸੋਸ਼ਲ ਮੀਡੀਆ ਤੇ ਬਹਿ ਕੇ ਬੋਲਦੇ, ਆਪਾਂ ਨੂੰ ਕੋਈ ਪਰਵਾਹ ਨੀ, ਆਪਾਂ ਤਾਂ ਗਰਾਉਂਡ ਦੇ ਕੰਮ ਕਰਨਾ, ਗਰਾਉਂਡ ਕੰਮ ਕਰਨ ਬੰਦੇ ਨੂੰ ਨਾ ਸੰਤਾਪ ਸਿੱਖਣਾ ਤੇ ਨਾ ਕੱਲ ਨਾ ਇਹਨਾਂ ਦੀ ਇੰਨੀ ਔਕਾਤ ਹੈ ਬਰਾਬਰ ਖੜ ਜਾਣਾ। ਹਾਂ ਇਹ ਤਾਂ ਹਾਂ ਬਾਈ, ਹੁਣ ਗੱਲ ਸੁਣ ਲਈ ਲੱਖੇ, ਇਹ ਰਿਕਾਰਡਿੰਗਾਂ ਵੀ ਵੈਸੇ ਪਾ ਦਾਂਗੇ ਕੋਈ ਚੱਕਰ ਨਹੀਂ ਹੈਗਾ, ਪਰ ਮੈਂ ਇੰਨੀ ਕੁ ਗੱਲ ਕਹਿੰਦਾ ਵੀ ਲੱਖੇ ਬਾਈ ਔਕਾਤ ਤੂੰ ਦੱਸਿਆ ਵੀ ਇਹਨਾਂ ਦੀ ਔਕਾਤ ਨਹੀਂ ਹੈਗੀ ਸਾਡੇ ਨਾਲ ਖੜ ਜਾਣ ਦੀ, ਇਹ ਜਿਹੜੇ ਲਫਜ਼ਵਾ ਤੇਰੇ ਇਹ ਲਫਜ਼ ਹੈਗੇ ਪੀ ਪੀ ਸੁਖਵਿੰਦਰ ਵਾਸਤੇ ਅਤੇ ਮੰਤਰੀ ਵਾਸਤੇ, ਮੰਤਰੀ ਦਾ ਹੀ ਤਾਂ ਮੈਂ ਚੱਲ ਮੰਤਰੀ ਦੀ ਤਾਂ ਮੈਂ ਗੱਲ ਕਹਿੰਦਾ ਉਹ ਖਾਣ ਪੀਣ ਵਾਲਾ ਬੰਦਾ ਸਾਡੇ ਵਰਗਾ ਹੀ, ਠੀਕ ਆ,
ਤੇ ਅਸੀਂ ਉਹਦੀ ਕੋਈ ਗੱਲਬਾਤ ਵੀ ਨਹੀਂ ਕਰਦੇ, ਪਰ ਤੂੰ ਤੇ ਪੀਪੀ ਨੂੰ ਨਹੀਂ ਬਾਈ ਬਖਸ਼ਿਆ, ਤੂੰ ਤੇ ਪੀਪੀ ਸੁਖਵਿੰਦਰ ਨੂੰ ਵੀ ਨਹੀਂ ਬਖਸ਼ਿਆ। ਪੀਪੀ ਸੁਖਵਿੰਦਰ ਬਾਰੇ ਵੀ ਤੂੰ ਕਹਿਤਾ ਵੀ ਉਹਨਾਂ ਦੀ ਇੰਨੀ ਔਕਾਤ ਨਹੀਂ ਹੈਗੀ ਵੀ ਉਹ ਤੇਰੇ ਨਾਲ ਖੜ ਸਕਣ। ਬਈ ਜੇ ਤੈਨੂੰ ਮੈਂ ਸੱਚ ਗੱਲ ਕਹਾਂ ਨਾ, ਗੁੱਸਾ ਨਾ ਕਰੀ, ਹੁਣ ਗੁੱਸਾ ਤਾਂ ਤੈਨੂੰ ਲੱਗਣਾ ਪਰ ਮੈਨੂੰ ਕਹਿਣੀ ਪੈਣੀ ਆ। ਤੇਰੀਆਂ ਇਹ ਗੱਲਾਂ ਸੁਣ ਕੇ ਮੈਂ ਆਹਨਾਂ ਵੀ ਤੇਰੀ ਔਕਾਤ ਨਹੀਂ ਹੈਗੀ ਕਿ ਤੂੰ ਆਪਣੇ ਨਾਲ ਵਾਲਿਆਂ ਦੇ ਖੜ ਸਕੇ। ਤੂੰ ਇੰਨੀ ਔਕਾਤ ਦਾ ਮਾਲਕ ਨਹੀਂ ਹੈਗਾ ਬਾਈ, ਤੇਰੇ ਬੰਦੇ ਜੋ ਮਰਜ਼ੀ ਕਹਿੰਦੇ ਰਹਿਣ, ਜਿੱਦਾਂ ਮਰਜ਼ੀ ਕਰੀ ਕਰਦੇ ਰਹੋ, ਜੋ ਮਰਜ਼ੀ ਕਰਦੇ ਰਹੋ, ਪਰ ਗੱਲਬਾਤ ਬਾਬਾ ਇਹ ਆ ਵੀ ਅਸੀਂ ਗਲਤੀ ਕੀਤੀ ਤੇਰੀ ਸਪੋਰਟ ਕਰਕੇ, ਤਾਂ ਵੱਡੀ ਗਲਤੀ ਕੀਤੀ ਅਸੀਂ, ਸਾਨੂੰ ਨਹੀਂ ਚਾਹੀਦੀ ਤੇਰੀ ਸਪੋਰਟ ਕਰਨੀ। ਆਪਾਂ ਤਾਂ ਸਾਰਾ ਕੁਝ ਭੁੱਲ ਕੇ ਤੁਹਾਡੇ ਨਾਲ ਖੜੇ, ਦੋਵਾਂ ਦੇ ਨਾਲ ਹੀ ਖੜੇ, ਇਕੱਲੇ ਦੀਪ ਨਾਲ ਨਹੀਂ ਤੇਰੇ ਨਾਲ ਵੀ ਖੜੇ। ਤੇ ਜੇ ਮੇਰੇ ਤੇ ਯਕੀਨ ਨਹੀਂ ਤਾਂ ਫਿਰ ਮੈਂ ਉਸ ਬੰਦੇ ਨੂੰ ਮੈਸੇਜ ਕੀਤਾ ਵਾ ਜਿਹੜੇ ਬੰਦੇ ਨੇ ਤੇਰੇ ਬਾਰੇ ਸਾਡੇ ਨਾਲ ਗੱਲ ਕੀਤੀ। ਸੁਖਵਿੰਦਰ ਭਾਜੀ ਰਿਕਾਰਡਿੰਗ ਤੁਹਾਨੂੰ ਭੇਜ ਦਿਆਂਗੇ ਜਨਾਬ, ਜ਼ਰੂਰ ਭੇਜ ਦਿਆਂਗੇ ਤੁਹਾਨੂੰ, ਚਿੰਤਾ ਕਾਹਤੋਂ ਕਰਦੇ ਹੋ। ਜੇ ਹੁਣ ਮੈਨੂੰ ਤਾਂ ਗਾਲਾਂ ਕੱਢੋਗੇ, ਹੁਣ ਸੁਖਵਿੰਦਰ ਬਾਈ ਨੂੰ ਕੀ ਕਹੋਗੇ? ਸੁਖਵਿੰਦਰ ਬਾਈ ਜੇ ਸਾਡੇ ਤੇ ਕੋਈ ਸ਼ੱਕ ਵਾ, ਜੇ ਸੁਖਵਿੰਦਰ ਬਾਈ ਤੇ ਜਾਂ ਸੁਖਵਿੰਦਰ ਸਾਡੇ ਤੇ ਕੋਈ ਸ਼ੱਕ ਆ, ਤੇ ਸੁਖਵਿੰਦਰ ਬਾਈ ਤੇ ਵੀ ਕੋਈ ਸ਼ੱਕ ਆ? ਸੋ ਬੇਨਤੀ ਆ ਵੀ ਬਈ ਆਹ ਗੱਲਾਂ ਬਾਤਾਂ ਸੀ, ਇਹਨਾਂ ਗੱਲਾਂ ਬਾਤਾਂ ਦਾ ਕਰਕੇ ਪੋਸਟਾਂ ਪਈਆਂ ਜੇ, ਠੀਕ ਆ ਜੀ। ਅਤੇ ਜੇ ਲੱਖੇ ਬਾਈ ਨੂੰ ਕੋਈ ਸਾਡੇ ਨਾਲ ਹੈਗੀ ਸੀ ਨਾ ਗੱਲਬਾਤ, ਜੇ ਲੱਖੇ ਬਾਈ ਨਾਲ ਗੱਲਬਾਤ ਕੋਈ ਹੈਗੀ ਤਾਂ ਲੱਖੇ ਨੂੰ ਸਾਨੂੰ ਚਾਹੀਦਾ ਸੀ ਕਿ ਤੂੰ ਸਾਡੇ ਨਾਲ ਗੱਲ ਕਰ ਦੂੰ। ਅਸੀਂ ਜੋ ਕੁਝ ਜੇ ਤੇਰੇ ਆਪਣੇ ਬੰਦੇ ਨੂੰ ਉਹ ਬੰਦੇ ਨੇ ਵੀ ਦੱਸ ਦਿੱਤਾ ਵੀ ਅਸੀਂ ਬਾਈ ਕਿੰਨੀ ਕੁ ਮਦਦ ਕਰਦੇ ਹਾਂ। ਅਤੇ ਬਾਬਾ ਕੋਈ ਜੇ ਦੀਪ ਦੇ ਉੱਤੇ ਜੇ ਰੁਪਈਆ ਅਸੀਂ ਲੱਖ ਸਵਾ ਲੱਖ ਖਰਚ ਵੀ ਦਿੱਤਾ ਹੋਊਗਾ ਨਾ ਉਹਦੇ ਬਾਹਰ ਆਉਣ ਦੀ ਖੁਸ਼ੀ ਦੇ ਵਿੱਚ, ਅਤੇ ਤੇਰੇ ਬਾਹਰ ਆਉਣ ਦੇ ਉੱਤੇ 2-2.5 ਲੱਖ ਵੀ ਖਰਚ ਸਕਦੇ ਹਾਂ। ਆਪਣਾ ਤਾਂ ਸਾਰਾ ਕੁਝ ਬਣਾਇਆ ਹੀ ਨਹੀਂ, ਲੋਕ 7-8 ਮਹੀਨੇ ਚਲਾ ਕੇ ਟਰੱਕ ਖੜਾ ਕਰ ਦਿੰਦੇ ਬਾਈ ਲਿਆਉਣ ਕੇ, 2.5 ਸਾਲ ਹੋ ਗਏ ਟਰੱਕ ਦੇ ਡਰਾਈਵਰੀ ਕਰਨ ਨੂੰ, ਅੱਜ ਵੀ ਡਰਾਈਵਰੀਆਂ, ਆਉਣ ਵਾਲੇ 1 ਸਾਲ ਤੱਕ ਵੀ ਡਰਾਈਵਰੀਆਂ, ਆਉਣ ਵਾਲੇ 1 ਸਾਲ ਤੱਕ ਵੀ ਡਰਾਈਵਰ ਹੀ ਰਹਿਣਾ। ਇਹ ਜਿਹੜੇ ਮੇਰੇ ਨਾਲ ਬੰਦੇ ਖੜ੍ਹੇ ਆ ਨਾ, ਜਿਹੜੇ ਮੇਰੇ ਨਾਲ ਮੇਰੀ ਟੀਮ ਦੇ ਬੰਦੇ, ਉਹ ਜਾਣਦੇ ਆ ਵੀ ਮੈਂ ਇਸ ਮੋਰਚੇ ਦੇ ਵਿੱਚ ਕੀ ਖੱਟਿਆ ਅਤੇ ਕੀ ਕੀ ਗਵਾਇਆ। ਇਹ ਵੀਡੀਓ ਦੇ ਵਿੱਚ ਚੱਲਣ ਵਾਲੇ ਘੱਟੋ ਘੱਟ ਵੀ 30 ਬੰਦੇ ਹੋਣਗੇ, ਜਿਨ੍ਹਾਂ ਬੰਦਿਆਂ ਦੇ ਆਪਾਂ ਨਾਲ ਖੜ੍ਹੇ ਹੋਵਾਂਗੇ, ਅਤੇ ਉਹ ਬੰਦੇ ਕਹਿ ਸਕਦੇ ਕਿ ਹਾਂ ਵੀ ਬਾਈ ਬਘੇਲ ਹੋਣਾ ਨੇ ਸਾਡੇ ਪਰਿਵਾਰ ਦੀ ਫੋਟੋ ਤੱਕ ਨਹੀਂ ਪਾਈ ਕਦੀ, ਕਿ ਮਦਦ ਵੀ ਕੀਤੀ ਹੋਊਗੀ। ਅਤੇ ਬਾਈ ਅਸੀਂ ਤਾਂ ਡਰਾਈਵਰ ਹੀ ਹਾਂ, ਦਿਨੇ ਰਾਤ ਭੈਣ ਚ ਅਮਰੀਕਾ ਦੀਆਂ ਸੜਕਾਂ ਮਿੱਧਦੇ ਫਿਰਦੇ ਹਾਂ, ਅਸੀਂ ਤੁਹਾਡਾ ਕਰਕੇ ਮਿੱਧਦੇ ਫਿਰਦੇ ਹਾਂ। ਜੇ ਲੱਖਿਆ ਤੂੰ ਬਾਬੇ ਫੜਿਆ ਹੁੰਦਾ ਨਾ, ਅਤੇ ਤੂੰ ਬਾਹਰ ਆਉਂਦਾ, ਅਤੇ ਆਪਾਂ ਬਾਈ ਤੇਰੇ ਲਈ 2.5 ਲੱਖ ਵੀ ਖਰਚ ਦਿੰਦੇ। ਕੋਈ ਐਡੀ ਗੱਲ ਨਹੀਂ ਹੈਗੀ, ਪਰ ਤੈਨੂੰ ਨਹੀਂ ਚਾਹੀਦਾ ਯਾਰ, ਬਹੁਤ ਗਲਤ ਕੀਤਾ ਤੂੰ ਸਾਡੇ ਨਾਲ, ਨਹੀਂ ਇੱਦਾਂ ਨਹੀਂ ਬੋਲਣਾ ਚਾਹੀਦਾ ਯਾਰ ਤੈਨੂੰ ਸਾਡੇ ਬਾਰੇ ਇੱਦਾਂ। ਅਸੀਂ ਦਿਲੋਂ ਕੀਤਾ ਸੀ ਯਾਰ, ਤੈਨੂੰ ਭਰਾ ਮੰਨਿਆ ਸੀ ਤੈਨੂੰ ਆਪਣਾ, ਤੂੰ ਸਾਡੇ 'ਤੇ ਉਹ ਇਲਜ਼ਾਮ ਲਾ ਤੇ ਜਿਹੜੇ ਇਲਜ਼ਾਮ ਲਾਉਣ ਵਾਲੇ ਬਣਦੇ ਨਹੀਂ। ਕਿਤੇ ਪੀਪੀ ਸੁਖਵਿੰਦਰ ਭਾਈ ਨੂੰ ਫੋਨ ਕਰਕੇ ਪੁੱਛੀ, ਸੁੱਖ ਜਗਰਾਓਂ ਵੇਖਣ ਡਿਆ, ਲਾਈਵ ਵੇਖਣ ਡਿਆ ਸੁੱਖ ਜਗਰਾਓਂ ਨੂੰ ਪੁੱਛੀ, ਕਿੰਨੀ ਵਾਰੀ ਫੋਨ ਕਰਕੇ ਇਹਨਾਂ ਨੂੰ ਕਿਹਾ, ਇੱਕੋ ਗੱਲ ਕਹੀਦੀ ਸੀ ਵੀ ਯਾਰ ਕਿਤੇ ਮਤਲਬ ਵੀ ਰਹਿ ਨਾ ਜਾਇਓ, ਕਿਤੇ ਸੰਗ 'ਤੇ ਨਾ ਰਹਿ ਜਾਇਓ, ਅੱਧੀ ਜ਼ਬਾਨ ਨਾਲ ਹੁਕਮ ਕਰਿਓ, ਬੇਨਤੀ ਨਹੀਂ ਹੁਕਮ ਕਰਿਓ, ਇੰਨੀ ਗੱਲ ਕਹੀ ਸੀ ਇਹਨਾਂ ਦੋਵਾਂ ਭਰਾਵਾਂ ਨੂੰ, ਆਪਣਿਆਂ ਨੂੰ ਪੁੱਛ ਲਈ ਪੀਪੀ ਸੁਖਵਿੰਦਰ ਅਤੇ ਲੱਖੇ, ਇਹਨੂੰ ਸੁੱਖ ਜਗਰਾਓਂ ਨਾਲੋਂ ਕੋਈ ਵੱਧ ਨੇੜੇ ਨਹੀਂ ਤੇਰੇ, ਇਹਨਾਂ ਨੂੰ ਪੁੱਛ ਲਈ ਕਿੰਨੀ ਵਾਰੀ ਕਿਹਾ ਇਹਨਾਂ ਨੂੰ
ਵੀ ਬਾਈ ਜੀ ਹੁਕਮ ਕਰ ਦਿਓ, ਸਾਡੇ ਮੂੰਹ 'ਚ ਅੰਨ ਦਾ ਦਾਣਾ ਪਵੇ ਨਾ ਪਵੇ ਤੁਹਾਨੂੰ ਪਿੱਠ ਨਹੀਂ ਵਿਖਾਲਦੇ। ਪਰ ਬਾਈ ਗਲਤ ਕੀਤਾ ਯਾਰ, ਮੈਨੂੰ ਹੋਰ ਵੀ 50 ਜਾਣੇ ਗਾਲਾਂ ਕੱਢਣਗੇ ਨਾ ਬਾਈ, ਮੈਨੂੰ ਕੋਈ ਫਿਕਰ ਨਹੀਂ ਹੈਗਾ, ਕਿਉਂਕਿ ਗਾਲਾਂ ਜਿਹੜਾ ਵਾ ਮੈਨੂੰ ਆਪਾਂ ਨੂੰ ਕੱਢਦੇ ਰਹਿੰਦੇ ਲੋਕ, ਕੋਈ ਐਡੀ ਗੱਲ ਨਹੀਂ ਹੈਗੀ। ਪਰ ਬਾਈ ਜਿਹੜੀਆਂ ਤੂੰ ਗੱਲਾਂ ਕਰ ਗਿਆ ਨਹੀਂ ਸਹੀ ਕੀਤਾ ਯਾਰ, ਤੂੰ ਨਹੀਂ ਕਰਨਾ ਚਾਹੀਦਾ ਤੈਨੂੰ ਇੱਦਾਂ, ਤੈਨੂੰ ਸਮਝਣਾ ਚਾਹੀਦਾ ਸੀ, ਸਾਡੀ ਕੋਈ ਭਾਵਨਾ ਸਮਝਣੀ ਚਾਹੀਦੀ ਯਾਰ, ਅਸੀਂ ਕਿੱਥੇ ਖੜੇ ਹਾਂ ਅਤੇ ਤੂੰ ਕਿੱਥੇ ਖੜਾ ਵਾ। ਮੈਂ ਆਪਣੀ ਸਾਰੀ ਟੀਮ ਨੂੰ ਇੱਕੋ ਗੱਲ ਕਹਿੰਦਾ ਹਾਂ ਕਿ ਬਾਈ ਆਪਣਾ ਕੁਝ ਬਣੇ ਨਾ ਬਣੇ, ਸਾਡਾ ਕੁਝ ਜ਼ਿੰਦਗੀ ਦੇ ਵਿੱਚ ਸਾਲ ਲੇਟ ਹੋ ਜਾਵਾਂਗੇ, 2 ਸਾਲ ਬਾਅਦ ਟਰੱਕ ਲੈ ਲਾਂਗੇ, 3 ਸਾਲ ਬਾਅਦ ਲੈ ਲਾਂਗੇ, ਪਰ ਆਪਾਂ ਉਹਨਾਂ ਬੰਦਿਆਂ ਨੂੰ ਪਿੱਠ ਨਹੀਂ ਵਿਖਾਲਣੀ ਜਿਹਨਾਂ ਦੇ ਨਾਲ ਮਤਲਬ ਵੀ ਗੱਲ ਜਿਹਨਾਂ ਰਹਿੰਦੇ ਹਾਂ। ਅਤੇ ਬਾਈ ਖੜ੍ਹੇ ਹਾਂ ਆਪਾਂ ਯਾਰ, ਤੁਹਾਡੇ ਨਾਲ ਖੜ੍ਹੇ ਹਾਂ, ਕੋਈ ਗੱਲ ਹੀ ਨਹੀਂ। ਜਿੱਦਣ ਅਸੀਂ ਆਪਣੀ ਟੀਮ ਦੇ ਵਿੱਚ ਸਲਾਹ ਕਰਦੇ ਹਾਂ ਨਾ, ਦੀਪ ਦੇ ਬਾਹਰ ਆਉਣ ਦੇ ਉੱਤੇ ਜਦੋਂ ਇਹ ਮਤਲਬ ਵੀ ਰੱਖਿਆ, ਤਾਂ ਮੈਂ ਉੱਥੇ 2.5 ਕੁਇੰਟਲ ਲੱਡੂਆਂ ਦੀ ਗੱਲ ਕੀਤੀ ਕਿ ਬਾਈ ਜੀ 2.5 ਕੁਇੰਟਲ ਲੱਡੂ ਵੰਡਣੇ ਆ, ਅਤੇ ਵਿੱਚੋਂ 2 ਮੁੰਡੇ ਆਉਂਦੇ ਸੀ ਵੀ ਦੀਪ ਲਈ ਮੈਡਲ ਵੀ ਬਣਵਾਉਣਾ ਵਾ। ਤਾਂ ਮੈਂ ਉੱਥੇ ਯੈਸ ਕਰ ਦਿੱਤੀ, ਅਤੇ ਸਾਡੇ 25 ਬੰਦਿਆਂ ਦੇ ਵਿੱਚ ਇਹ ਲੜਾਈ ਪਈ ਸੀ ਵੀ ਕਿੰਨੇ ਪੈਸੇ ਦੇਣੇ ਆ ਕਿੰਨੇ ਨਹੀਂ ਦੇਣੇ। ਜਦੋਂ ਪੈਸੇ ਪੂਰੇ ਹੋ ਗਏ ਤਾਂ ਮੈਂ ਜਵਾਬ ਦੇ ਦਿੱਤਾ, ਮੈਂ ਕਿਹਾ ਵੀ ਕਿਸੇ ਵੀ ਬੰਦੇ ਨੂੰ ਪੈਸੇ ਪਾਉਣ ਦੀ ਲੋੜ ਨਹੀਂ। ਅਤੇ 2 ਬੰਦਿਆਂ ਨੇ ਧੱਕੇ ਨਾ ਮੇਰੇ ਅਕਾਊਂਟ ਦੇ ਵਿੱਚ ਪੈਸੇ ਪਾ ਦਿੱਤੇ ਸੀ ਵੀ ਨਹੀਂ ਬਾਬਾ ਆਹ ਪੈਸੇ ਚੱਕ। ਆਹ ਮਲਕੀਤ ਸਿੰਘ ਆ ਗਿਆ ਬਾਈ, ਜਦੋਂ ਮੈਡਲ ਦੀ ਗੱਲ ਚੱਲੀ ਸੀ ਤਾਂ ਮਲਕੀਤ ਸਿੰਘ ਨੇ ਇੰਨੀ ਗੱਲ ਆਖੀ ਸੀ, ਮਲਕੀਤ ਸਿੰਘ ਕਹਿੰਦਾ ਸੀ ਵੀ ਮੈਡਲ ਮੈਂ ਇਕੱਲਾ ਬਣਾ ਦਿੰਦਾ। ਅਤੇ ਮੈਂ ਆਖਿਆ ਸੀ, ਮੈਂ ਕਿਹਾ ਨਹੀਂ ਮਲਕੀਤ ਸਿੰਘ, ਤੈਨੂੰ ਇਕੱਲੇ ਨੂੰ ਬੋਝ ਨਹੀਂ ਪਾਉਣਾ ਤੇਰੇ 'ਤੇ, ਕਿਉਂਕਿ ਇਹ ਬੰਦਾ ਸਾਡਾ ਅੱਗੇ ਵੀ 70-80 ਹਜ਼ਾਰ ਰੁਪਈਏ ਦੀ ਸੇਵਾ ਇਕੱਲਾ ਸਾਂਭਦਾ। ਅਤੇ ਮੈਂ ਕਿਹਾ ਨਹੀਂ ਮੈਡਲ ਮੈਂ ਬਰਾਬਰ ਬਣਾਵਾਂਗੇ, ਕੋਈ ਗੱਲ ਨਹੀਂ। ਉਹਦੇ ਵਿੱਚ ਕਰਨ ਨੇ ਅਤੇ ਮੈਂ ਪੈਸੇ ਪਾ ਕੇ ਕੁਝ ਭੇਜੇ, ਅਤੇ ਕੁਝ ਪੈਸੇ ਬਾਕੀ ਮਨਦੀਪ ਮਲਕੀਤ ਸੋਹਣੇ ਪਾ ਕੇ ਅਤੇ ਮੈਡਲ ਬਣਵਾ ਲਿਆ। 1.25 ਕੁਇੰਟਲ ਹੀ ਉਦਣ ਵੰਡੇ ਲੱਡੂ, ਅਤੇ 1.25 ਕੁਇੰਟਲ ਹੀ ਰੱਖ ਲਏ। ਅਤੇ ਬੰਦੇ ਲੜਦੇ ਸੀ ਵੀ ਸਾਡੇ ਕੋਲ ਪੈਸੇ ਨਹੀਂ ਲਏ। ਅਤੇ ਬਾਈ ਜੇ ਕਿਤੇ ਤੂੰ ਤੇਰੇ ਨਾਲ ਕੋਈ ਇੱਦਾਂ ਦਾ ਭਾਣਾ ਵਰਤਿਆ ਹੁੰਦਾ ਨਾ, ਅਤੇ ਤੈਨੂੰ ਵੀ ਮੈਡਲ ਵੰਡ ਕੇ ਅਤੇ ਤੈਨੂੰ 50 ਹੀ ਲੱਡੂਆਂ ਨਾਲ ਤੋਲ ਕੇ ਨਾ ਅਤੇ ਲੱਡੂ ਵੰਡ ਦਿੰਦੇ ਬਾਈ, ਕੋਈ ਐਡੀ ਗੱਲ ਨਹੀਂ ਹੈਗੀ। ਸਾਨੂੰ ਤਾਂ ਮਹਾਰਾਜ ਨੇ ਫਿਰ ਬਥੇਰਾ ਦੇਈ ਜਾਣਾ ਬਾਈ, ਕੋਈ ਚੱਕਰ ਨਹੀਂ ਹੈਗਾ ਇੱਦਾਂ ਦਾ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਗਲੇ ਮਹੀਨੇ ਇੱਕ ਜੋਬ ਆਪਣੀ ਬਦਲ ਜਾਣੀ ਹੈ, ਸਿੱਧੀ 1.25 ਲੱਖ ਵੱਧ ਜਾਣੀ ਆ। ਠੀਕ ਹੈ ਨਾ? ਅਤੇ ਬਾਈ ਗੱਲ ਨਹੀਂ ਸਹੀ ਨਹੀਂ ਤੇਰੀ ਗੱਲਬਾਤ, ਇਹ ਨਹੀਂ ਕਈ ਨਹੀਂ ਸਹੀ ਆਪਣਾ ਕੰਮ। ਬਾਕੀ ਮੰਨਣ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਬੇ। ਉਹ ਟਰੱਕ ਬਾਬਾ, ਟਰੱਕ ਦਾ ਤਾਂ ਕੋਈ ਚੱਕਰ ਹੀ ਨਹੀਂ ਟਰੱਕ ਦੇ ਬਾਬਾ ਤੁਸੀਂ ਅੱਜ ਲੈ ਦੋਗੇ, ਕੋਈ ਗੱਲ ਨਹੀਂ। ਟਰੱਕ ਦਾ ਤਾਂ ਕੋਈ ਆਪਣਾ ਨਰਿੰਦਰ ਬੈਠਾ, ਤੁਸੀਂ ਬੈਠੇ ਹੋ ਸਾਰੇ, ਪਰ ਅਜੇ ਚੱਲੀ ਜਾਂਦਾ ਯਾਰ, ਕਿਹੜਾ ਨੋਟ ਖਾ ਕੇ ਸੋਣਾ। ਠੀਕ ਹੈ ਨਾ? ਵੀ ਪੈਸੇ ਬੜੇ ਵਧੀਆ ਬਣ ਰਹੇ ਆ, ਕੋਈ ਗੱਲ ਨਹੀਂ ਹੈਗੀ। 2-4 ਹਜ਼ਾਰ ਡਾਲਰ ਵੱਧ ਬਣ ਜੂ ਟਰੱਕ ਲੈ ਲਾਂਗੇ, ਅਤੇ ਉਹ ਤਾਂ ਕੋਈ ਗੱਲ ਨਹੀਂ ਹੈਗੀ। ਅਤੇ ਬਾਕੀ ਬਹੁਤ ਬਹੁਤ ਮਿਹਰਬਾਨੀ ਬਾਬਿਓ। ਬਾਕੀ ਮੈਂ ਤਾਂ ਪਤਾ ਗੱਲ ਕੀ ਆ, 1-2 ਗੱਲਾਂ ਥੋੜ੍ਹੀਆਂ ਜਿਹੀਆਂ ਕਰ ਲਈਏ, ਕਿਉਂਕਿ ਨਾ ਬੰਦੇ ਦਾ ਜੋ ਮਨ ਭਰਿਆ ਹੁੰਦਾ ਨਾ, ਅਤੇ ਗੱਲਾਂ ਕਰਕੇ ਨਾ ਉਹਦਾ ਮਨ ਹੌਲਾ ਹੋ ਜਾਂਦਾ, ਅਤੇ ਮਨ ਮੇਰਾ ਬੜਾ ਭੜੇ ਭਰਿਆ, ਸਹੀ ਗੱਲ ਤੈਨੂੰ ਦੱਸਾਂ, ਕਿਉਂਕਿ ਇੰਨੀ ਆਸ ਨਹੀਂ ਕੀਤੀ ਯਾਰ ਬੰਦੇ ਤੋਂ। ਠੀਕ ਹੈ ਜੀ? ਅਤੇ ਮੇਰੀ ਪਤਾ ਕੀ ਗੱਲ ਹੁੰਦੀ, ਕਈ ਵਾਰੀ ਨਾ ਮੈਂ ਵੀ ਪਰੇਸ਼ਾਨ ਹੋ ਜਾਂਦਾ ਨਾ, ਜਦੋਂ ਆਪਣਾ ਹੁੰਦਾ ਨਾ, ਉਦੋਂ ਰਾਤ ਕਈ ਵਾਰੀ ਨਾ ਸੋਚੀਦਾ ਵੀ ਯਾਰ ਦਫਾ ਕਰੋ, ਕੀ ਲੈਣਾ ਭੈਣ ਜਦੋਂ ਸੇਵਾ ਕਰਕੇ, ਮਤਲਬ ਵੀ ਦਫਾ ਕਰੋ ਇਸ ਗੱਲ ਨੂੰ। ਪਰ ਪਤਾ ਨਹੀਂ ਕੀ ਚੱਕਰ ਕੀ ਆ ਵੀ ਮੈਂ ਜਿੱਦਣ ਇੰਡੀਆ ਰੁਲਦਾ ਫਿਰਦਾ ਹਾਂ ਨਾ, ਅਤੇ ਮੈਂ ਉੱਦਣ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਦਿੱਤੇ ਜਾ ਕੇ, ਅਤੇ ਇੰਨੀ ਅਰਦਾਸ ਕੀਤੀ ਵੀ ਮਾਲਕਾ ਮੇਰਾ ਕਿਸੇ ਬੰਨੇ ਕੰਮ ਬਣ ਜਾਏ, ਮੈਂ ਨਾ ਆਪਣੀਆਂ 2 ਦਿਹਾੜੀਆਂ ਦੇ ਜਾਂ 1 ਦਿਹਾੜੀ ਦੇ ਪੈਸੇ ਜਿਹੜੇ ਦਸਵੰਧ ਕੱਢਿਆ ਕਰੂੰਗਾ। ਅਤੇ ਜਦੋਂ ਮੈਂ ਉਹ ਆਪਣਾ ਵਾਅਦਾ ਗੁਰੂ ਸਾਹਿਬ ਨਾਲ ਪੂਰਾ ਕੀ ਜਿਹੜਾ ਮਤਲਬ ਵੀ ਹੁਣ ਜੇ ਮੈਂ ਉਹ 'ਤੇ ਭੱਜਣ ਲੱਗਦਾ ਨਾ,
ਤੇ ਉਹ ਮੇਰਾ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ। ਮੈਂ ਖੜਾ ਸੀ ਕਿਤੇ ਤੇ ਮੈਂ ਉਦਣ ਹੀ ਉੱਥੋਂ ਅਜੇ ਇੰਨਾ ਕੁ ਮਤਲਬ ਸਵਾਲ ਆਪਣੇ ਆਪ ਨੂੰ ਕੀਤਾ ਹੀ ਆ ਕਿ ਬਾਈ ਨਹੀਂ ਯਾਰ ਸੇਵਾ ਛੱਡ ਦੇਣੀ ਆ, ਅਸੀਂ ਨਹੀਂ ਕਰਨੀ ਸੇਵਾ, ਲੋੜ ਨਹੀਂ ਹੈਗੀ। ਤੇ ਬਾਈ ਸਵੇਰੇ ਮੈਂ ਉੱਠਿਆ ਵਾਂ ਤੇ ਅਗਲੇ ਬੰਨੇ ਮੇਰੇ ਪੰਜਾਬੀ ਕਿਸੇ ਦਾ ਟਰੱਕ ਲੱਗਾ ਤੇ ਸਿੱਧਾ ਟਰੱਕ ਜਾ ਵੱਜਾ ਉਹਦੇ ਵਿੱਚ। ਮੈਨੂੰ ਫੋਨ ਆ ਗਿਆ, ਮੈਂ ਫੋਨ ਵੱਲ ਧਿਆਨ ਹੋ ਗਿਆ, ਉਹਦਾ ਬੰਪਰ ਬੁੰਪਰ ਜਿਹਾ ਖਿੱਚ ਦਿੱਤਾ ਮੈਂ। ਉਹ ਬਾਈ ਨੂੰ ਮੈਂ $400 ਦੇ ਕੇ ਤੇ ਉਹ ਤੋਂ ਲਾਇਸੈਂਸ ਬਚਾਇਆ ਵੀ ਬਾਈ ਲਾਇਸੈਂਸ ਨਾ ਲਿਆ ਮੇਰਾ, ਲਾਇਸੈਂਸ 'ਤੇ ਚੜ੍ਹ ਜਾਣਾ ਮੈਂ, ਅਤੇ ਲਾਇਸੈਂਸ 'ਤੇ ਜਾਂ ਚੜ੍ਹ ਚੜ੍ਹਨਾ ਚਲੋ ਮੇਰੇ ਹਿਸਾਬ ਨਾਲ ਬੱਸ ਸਟੋਪ 'ਤੇ ਚੜ੍ਹਿਆ ਨਹੀਂ ਚੜ੍ਹਦਾ ਹੁੰਦਾ, ਪਰ ਮੈਂ ਉਹਨੂੰ ਆਖਿਆ ਮੈਂ ਲਾਇਸੈਂਸ ਨਾ ਲਿਆ ਤਾਂ ਤੂੰ ਮੇਰੇ ਕੋਲ $400 ਲੈ ਲਾ। ਵੀ ਜਿਹੜੀ ਉਹ ਸੇਵਾ ਸੀ ਮੇਰੀ ਪਰਮਾਤਮਾ ਨੇ ਉੱਧਰਲੇ ਬੰਨੇ ਲਵਾ ਦਿੱਤੀ, ਅਤੇ ਇਹੋ ਸੋਚੀਦਾ ਵੀ ਨਹੀਂ ਯਾਰ ਜਿਹੜਾ ਵਾਅਦਾ ਵਾ ਉਹ ਆਪਣਾ ਪੂਰਾ ਕਰਨਾ ਚਾਹੀਦਾ ਨਾ, ਪਰਮਾਤਮਾ ਨਾਲ ਜੋ ਵਾਅਦਾ ਕੀਤਾ ਹੁੰਦਾ ਉਹ ਨਹੀਂ ਤੋੜਨਾ ਚਾਹੀਦਾ। ਅਤੇ ਆਪਾਂ ਫਿਰ ਚਲੋ ਅੱਜ ਮਤਲਬ ਵੀ ਮਹਾਰਾਜ ਦੀ ਕਿਰਪਾ ਨਾਲ ਫਿਰ ਕਰਨ ਹੀ ਡਏ ਹਾਂ ਜੋ ਕੁਝ ਵੀ ਹੈਗਾ। ਅਤੇ ਬਾਕੀ ਬਸ ਬਾਈ ਦੋ ਰੋਸ ਵਾ ਕੋਈ ਗੱਲ ਲੱਖੇ ਬਾਈ ਦਾ, ਬਸ ਇੱਕੋ ਹੀ ਗੱਲ ਆ ਵੀ ਨਹੀਂ ਉਹਨੂੰ ਇੱਦਾਂ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ ਸਾਡੇ ਬਾਰੇ ਕਿਸੇ ਦੇ ਨਾਲ, ਮੇਰੇ ਬਾਰੇ ਨਹੀਂ ਗੱਲਬਾਤ ਕਰਨੀ, ਇਹ ਗੱਲ ਇਲਜ਼ਾਮ ਨਹੀਂ ਲਾਉਣਾ ਚਾਹੀਦਾ, ਪਹਿਲਾਂ ਉਹਨੂੰ ਪੂਰੀ ਤਰ੍ਹਾਂ ਨਾ ਮਤਲਬ ਵੀ ਵੈਰੀਫਾਈ ਕਰਨਾ ਚਾਹੀਦਾ ਸੀ ਵੀ ਹਾਂਜੀ ਆਹ ਗੱਲਬਾਤ ਆ ਬਾਈ ਕਿਸੇ ਦੇ ਮਤਲਬ ਵੀ, ਜਾਂ ਤਾਂ ਹੋਵੇ ਨਾ ਕਿਸੇ ਦੇ ਹੋਰ ਨੇ ਕਰ ਦਿੱਤੀਆਂ ਹੁਣ, ਮੈਨੂੰ ਇਹ ਗੱਲ ਦਾ ਨਹੀਂ ਪਤਾ, ਪਰ ਮੇਰੇ ਕੋਲੋਂ ਮੈਂ ਜੇ ਤੁਸੀਂ ਇੰਨੀ ਗੱਲ ਹੁਣ ਸਹੁੰ ਖਾਣ 'ਤੇ ਆ ਜਾਈਏ ਫਿਰ ਕਹਿੰਦੇ ਵੀ ਸਹੁੰ ਖਾਣ ਦੀ ਕੀ ਲੋੜ ਆ, ਪਰ ਮੈਂ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵੀ ਲੱਖੇ ਬਾਈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹਾਜ਼ਰ ਨਾਜ਼ਰ ਹੋ ਕੇ ਤੂੰ ਇੰਨੀ ਗੱਲ ਕਹਿਣੀ ਆ ਕਿ ਹਾਂ ਬਾਈ ਲਖੇ ਬਘੇਲ ਹੋਣੀ ਇਹ ਕੰਮ ਕਰਦੇ ਆ, ਤੂੰ ਪਹਿਲਾਂ ਇਹ ਸਹੁੰ ਖਾਣੀ ਆ ਵੀ ਤੂੰ ਹਾਂ ਵੀ ਮੈਂ ਸਹੁੰ ਖਾ ਕੇ ਕਹਿੰਦਾ ਕਿ ਬਘੇਲ ਹੋਣੀ ਇਹ ਕੰਮ ਕਰਦੇ ਆ, ਫਿਰ ਉਸ ਤੋਂ ਬਾਅਦ ਮੈਂ ਸਹੁੰ ਖਾਊਂਗਾ ਵੀ ਮੈਂ ਕਰਦਾ ਵਾਂ ਜਾਂ ਨਹੀਂ ਕਰਦਾ। ਅਸੀਂ ਸਭ ਤੋਂ ਵੱਡਾ ਦੁਸ਼ਮਣ ਆਪਣਾ ਨੇਕੀ ਨੂੰ ਮੰਨਦੇ ਹਾਂ। ਮੈਂ ਅੱਜ ਤੱਕ ਕਦੀ ਉਹਦੀ ਜਨਾਨੀ ਬਾਰੇ ਵੀ ਕਿਤੇ ਮਾੜਾ ਲਫ਼ਜ਼ ਨਹੀਂ ਆਪਣੀ ਜ਼ਬਾਨ 'ਚ ਬੋਲਿਆ ਹੋਊਗਾ, ਮੈਂ ਪਰਮਾਤਮਾ ਨੂੰ ਹਾਜ਼ਰ ਨਜ਼ਰ ਜਾਣ ਕੇ ਕਹਿੰਦਾ ਨਹੀਂ ਬੋਲਿਆ, ਉਹਨੂੰ ਗਾਲ ਬੰਦਾ ਕਿਤੇ ਕਰ ਲਿਆ ਹੋਊ ਪਰ ਉਹ ਕਦੀ ਮੈਂ ਨਹੀਂ ਗਲਤ ਬੋਲਿਆ ਜਨਾਨੀ ਉਹਦੀ ਨੂੰ, ਕਿਉਂ ਬੋਲੀਏ ਯਾਰ ਕਾਹਦੇ ਲਈ ਬੋਲੀਏ, ਫੋਟੋਆਂ ਐਡਿਟ ਕਰਨ ਦੀ ਤਾਂ ਬੜੀ ਦੂਰ ਦੀ ਗੱਲ, ਬਾਕੀ ਹਾਂ ਜਿੰਨਾ ਕੀਤੀਆਂ ਹੋਣਗੀਆਂ ਉਹਨਾਂ ਕੀਤੀਆਂ ਹੋਣਗੀਆਂ, ਮੈਂ ਤਾਂ ਪਰਮਾਤਮਾ ਨੂੰ ਜਵਾਬ ਦੇ ਹਾਂ, ਮੈਂ ਹਰੇਕ ਬੰਦੇ ਨੂੰ ਜਵਾਬ ਦੇ ਥੋੜ੍ਹਾ ਹੈਗਾ। ਮੈਂ ਪਰਮਾਤਮਾ ਨੂੰ ਜਾਨ ਦੇਣੀ ਆ, ਨਾ ਮੈਂ ਲੱਖੇ ਨੂੰ ਜਾਨ ਦੇਣੀ ਆ, ਨਾ ਮੈਂ ਹੋਰ ਕਿਸੇ ਨੂੰ ਜਾਨ ਦੇਣੀ ਆ। ਜੇ ਬਾਈ ਲੱਖੇ ਤੈਨੂੰ ਜਾਨ ਦੇਣੀ ਹੁੰਦੀ ਨਾ ਤਾਂ ਫਿਰ ਮੈਂ ਤੇਰੇ ਇਲਜ਼ਾਮ ਨੂੰ ਮੰਨ ਵੀ ਲੈਂਦਾ, ਪਰ ਨਹੀਂ ਯਾਰ ਜਮਾਂ ਹੀ ਤੂੰ ਯਾਰ ਰੱਦੀ ਬੰਦਾ ਨਿਕਲਿਆ ਤੂੰ, ਤੇ ਅਸੀਂ ਤਾਂ ਤੇਰੇ ਪਿੱਛੇ ਕਈ ਕੁਝ ਸਟੈਂਡ ਲੈਣ ਨੂੰ ਫਿਰਨ ਡਏ ਹਾਂ, ਪਰ ਤੂੰ ਤੇਰੇ ਜਮਾਂ ਹੀ ਰੱਦੀ ਬੰਦਾ ਨਿਕਲਿਆ। ਅਸੀਂ ਤਾਂ ਬਸ ਤੈਨੂੰ ਇੱਕੋ ਸਵਾਲ ਕੀਤਾ ਸੀ ਵੀ ਦੀਪ ਨੇ ਆਣ ਕੇ ਇੰਨੀ ਗੱਲ ਕਹੀ ਵੀ ਲੱਖੇ 'ਤੇ ਭੀੜ ਪਈ ਅਤੇ ਮੈਂ ਹਿੱਕ ਠੋਕ ਕੇ ਖੜੂੰਗਾ, ਅਸੀਂ ਤੈਨੂੰ ਇਹੋ ਸਵਾਲ ਕੀਤਾ ਸੀ ਵੀ ਦੀਪ ਲੱਖੇ ਨੇ ਲੱਖਿਆ ਦੀਪ ਨੇ ਤਾਂ ਇੰਨੀ ਗੱਲ ਕਹਿਤੀ ਅਤੇ ਤੂੰ ਤੂੰ ਕਿੱਥੇ ਖੜਾ, ਤੂੰ ਵੀ ਦੱਸ ਦੇ, ਬਸ ਇੰਨੀ ਗੱਲ ਕੀਤੀ। ਚਲੋ ਕੋਈ ਗੱਲ ਨਹੀਂ ਬਾਬਾ, ਵਧੀਆ ਕੋਈ ਗੱਲ ਨਹੀਂ, ਇੰਨੀ ਕੁ ਦੀ ਆਪਾਂ ਹੁੰਦੀਆਂ ਆਈਆਂ ਦੁਨੀਆਂ ਦੇ ਉੱਤੇ, ਚਲੋ ਕੋਈ ਗੱਲ ਨਹੀਂ। ਅਤੇ ਬਾਕੀ ਬਾਈ ਗੱਲਬਾਤ ਇਹ ਆ ਵੀ ਤੈਨੂੰ ਸਾਡਾ ਨਹੀਂ ਤਾਂ ਚਲੋ ਉਹ ਵਿਚਾਰੇ ਮੰਤਰੀ ਦੀ ਵੀ ਛੱਡ ਦੂੰ ਗੱਲ, ਤੈਨੂੰ ਪੀ ਪੀ ਭਾਈ ਸੁਖਵਿੰਦਰ ਬਾਰੇ ਤਾਂ ਤੈਨੂੰ ਖੜਨਾ, ਤੈਨੂੰ ਗੱਲ ਨਹੀਂ ਇੰਨੀ ਕਹਿਣੀ ਚਾਹੀਦੀ ਕਿ ਬਾਈ ਇਹ ਬੰਦਿਆਂ ਦੀ ਔਕਾਤ ਨਹੀਂ ਹੈਗੀ ਸਾਡੇ ਨਾਲ ਖੜਨ ਦੀ, ਅਸਲ ਦੇ ਵਿੱਚ ਲੱਖੇ ਬਾਈ ਤੇਰੀ ਔਕਾਤ ਨਹੀਂ ਹੈਗੀ ਕਿਸੇ ਦੇ ਨਾਲ ਖੜਨ ਦੀ, ਯੂ ਆਰ ਨਥਿੰਗ ਮੈਨ, ਤੂੰ ਕੱਖ ਵੀ ਨਹੀਂ ਨਿਕਲਿਆ, ਤੈਨੂੰ ਬਸ ਦੀਪ ਦੀ ਚੜ੍ਹਾਈ ਚੁੱਪ ਗਈ ਯਾਰ। ਅਤੇ ਸਾਹਿਬ ਹੱਥ ਵਡਿਆਈਆਂ ਹੁੰਦੀਆਂ ਵੀਰ, ਸਾਹਿਬ ਨੇ ਵਡਿਆਈਆਂ ਦੇਣੀਆਂ, ਜਿਹਨੂੰ ਦੇਣੀਆਂ ਉਹਨੂੰ ਹੀ ਦੇਣੀਆਂ, ਜਿੰਨਾ ਮਰਜ਼ੀ ਬੰਦਾ ਕੋਈ ਕਰ ਲਏ, ਜੇ ਦਿਲ ਦੇ ਵਿੱਚ ਜ਼ਹਿਰ ਰੱਖ ਕੇ ਚੱਲੋਗੇ ਨਾ ਬਾਈ ਤੇ ਨਹੀਂ ਉਨਾ ਚਿਰ ਪਰਮਾਤਮਾ ਨਹੀਂ ਸਾਥ ਦਿੰਦਾ, ਠੀਕ ਹੈ ਜੀ। ਅਤੇ ਬਾਕੀ ਬਾਈ ਹੁਣ ਚੇਲੇ ਬਲ ਕੇ ਤੇਰੇ ਵੀ ਬਥੇਰੇ ਆ ਜਾਣੇ ਆ, ਚਲੋ ਗਾਲਾਂ ਬਹੁਤ ਮੰਦਾ ਕਰਨ, ਪਰ ਇਹ ਆ ਵੀ ਮੈਂ ਆਪਣੇ ਬੰਦਿਆਂ ਨੂੰ ਇੱਕੋ ਗੱਲ ਕਹੂੰਗਾ ਵੀ ਗਾਲ ਮੰਦਾ ਕਰਨ ਦੀ ਲੋੜ ਨਹੀਂ ਹੈਗੀ ਬਾਈ। ਅਤੇ ਬਸ ਤੁਹਾਨੂੰ ਗੱਲਬਾਤ ਸੁਣਾ ਦਿੱਤੀ ਆ, ਸਵੇਰੇ ਤੁਹਾਨੂੰ ਪਾ ਦਾਂਗੇ ਵੀਡੀਓ, ਪਾ ਦਾਂਗੇ ਜਿਹੜੀ ਆਪਣਾ ਬਣਾ ਕੇ ਵੀਡੀਓ ਭੇਜ ਦਾਂਗੇ, ਵੇਖ ਲਿਓ ਆਵਾਜ਼ ਪਛਾਣ ਲਈ, ਜਿਹੜਾ ਬੰਦਾ ਕੋਈ ਕਹਿੰਦਾ ਲੱਖੇ ਦੀ ਆਵਾਜ਼ ਨਹੀਂ ਗੀ ਉਹ ਬੰਦਾ ਜਿਹੜਾ ਵਾ ਉਹ ਆਵਾਜ਼ ਪਛਾਣ ਲਈ ਵੀ ਲੱਖੇ ਦੀ ਹੈਗੀ ਕਿ ਨਹੀਂ ਹੈਗੀ। ਅਤੇ ਬਾਕੀ ਗੱਲਬਾਤ
बस चढ़दी कला बाबिओ, अज सच्ची मन बड़ा परेशान होया यार, नहीं चंगा लगा ये गल्ला ना। मेरे बारे कहतियां ही चलो ठीक गल ही वीर जी सुखे बारे भी गल कर दी। वीर जी सुखे ने तो बेचारे ने दिन रात एक किया ही, अज भी लखा लखा ही करता फिर कल तक अजे, जिन्ना चिर तक ये गल्लां सामने नहीं आईया। सो चढ़दी कला बाबिओ, तो महाराज सारे चढ़दी कलों के रखे परमात्मा, बाकी कोई चक्कर नहीं है बाबिओ इदा का। तो पी पी सुखविंदर भाजी मैं तुहानू भेज दिना वा रिकॉर्डिंग, तो तुम सुन लियो, तो फिर गलबात भी कर लाँगे सवेरे करूँ गलबात। हूँ बाबा पास सौ जाना, तो बाकी घर जल जाना वा दो दिन, परसों पहुँच जाना घर, तो बाकी परसों जोड़े उ जाके गलबात करा। वीडियो अपन बना लैन दो, वीडियो बना के तो तुम पा देंगे, बाकी जी भी गलबात वो तुम सुन लियो। पर जी गलबात लखे भाई ने कही है ना, वो यार नहीं गुड नहीं हैगी, चंगा नहीं हैगी। चढ़दी कला बाबिओ आग्या दिओ, फिर मिलते हैं बाबिओ परसों जाओ, उतनों करते हैं गलबात। वाहेगुरू जी का खालसा, वाहेगुरू जी की फतेह।